ਕੁਝ ਬਲ ਵੀਰ ਬ੍ਰਹਮ ਸੁਖ ਸਾਗਰ ਗਲਤ ਪਰਤ ਗਹਿਲੇ ਓ ਅੰਗੁਰੀਆ ਗਲਤ ਪਰਤ ਗਹਿਲੇ ਓ ਅੰਗੁਰੀਆ ਸ਼ਰਵਣ ਸੁਰਤ ਨੈਣ ਸੁੰਦਰ ਨਹੀਂ ਸ਼ਰਵਣ ਸੁਰਤ ਨੈਣ ਸੁੰਦਰ ਨਹੀਂ ਆਰਤ ਦੁਆਰ ਰਟਤ ਪਿੰਗੁਰੀਆ ਆਰਤ ਦੁਆਰ ਰਟਤ ਪਿੰਗੁਰੀਆ ਦੀਨਾਨਾਥ ਅਨਾਥ ਕਰਣਾ ਮੈਂ ਦੀਨਾਨਾਥ ਅਨਾਥ ਕਰਣਾ ਮੈਂ ਸਾਜਨ ਮੀਤ ਪਿਤਾ ਮੈਂ ਤਰੀਆ ਸਾਜਨ ਮੀਤ ਪਿਤਾ ਮੈਂ ਤਰੀਆ ਚਰਨ ਕਮਲ ਹਿਰਦੈ ਗਹਿ ਨਾਨਕ ਹੈ ਸਾਗਰ ਸੰਤ ਪਾਰੇ ਉਤਰੀਆ ਹੈ ਸਾਗਰ ਸੰਤ ਪਾਰੇ ਉਤਰੀਆ ਤੂੰ ਸੁਲਤਾਨ ਕਹਾਂ ਹੋ ਮੀਆਂ ਤੇਰੀ ਕਵਨ ਵਡਾਈ ਜੋ ਤੂੰ ਦੇ ਸੋ ਕਹਾਂ ਸੁਆਮੀ ਜੋ ਤੂੰ ਦੇ ਸੋ ਕਹਾਂ ਸੁਆਮੀ ਮੈਂ ਮੂਰਖ ਕਹਿਣ ਨਾ ਜਾਈ ਨਾ ਜਤੀਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਾਇਆ ਮੂਰਖ ਮੁਗਦਾ ਜਨਮ ਪਾਇਆ ਪ੍ਰਣਵਤ ਨਾਨਕ ਤਿਨਕੀ ਸਰਣਾ ਜਿਨ ਤੂੰ ਨਾਹੀ ਵੀਸਰਿਆ ਪ੍ਰਣਵਤ ਨਾਨਕ ਤਿਨਕੀ ਸਰਣਾ ਜਿਨ ਤੂੰ ਨਾਹੀ ਵੀਸਰਿਆ ਰਾਜਾਨ ਰਾਜ ਪਾਨ ਪਾਨ ਦੇਵਾਨ ਦੇਵ ਉਪਮਾ ਮਹਾਨ ਚਾਰ ਛਤਰ ਦੇ ਮਾਲਕ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਕਲਿਆਣੀ ਗੋਦ ਦਾ ਆਨੰਦ ਪ੍ਰਾਪਤ ਕਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਸਤਿਗੁਰੂ ਪਾਤਸ਼ਾਹ ਜੀ ਨੇ ਰਹਿਮਤ ਕਰਕੇ ਬਖਸ਼ਿਸ਼ ਕਰਕੇ ਤਰਸ ਕਰਕੇ ਸਾਨੂੰ ਆਪਣੇ ਚਰਨਾਂ 'ਚ ਬੈਠਣ ਦੀਆਂ ਇਸ ਭਾਗ ਘੜੀਆਂ ਬਖਸ਼ੀਆਂ ਨੇ ਪਿਆਰਿਓ ਪਹਿਲੇ ਦਿਨ ਲਈ ਕਥਾ ਦੇ ਵਿੱਚ ਮੈਂ ਬੇਨਤੀ ਕੀਤੀ ਸੀ ਜਦੋਂ ਸਤਿਗੁਰੂ ਪਾਤਸ਼ਾਹ ਜੀ ਦੇ ਕੋਲ ਚੱਲ ਕੇ ਆਉਂਦੇ ਹਾਂ ਅਤੇ ਪਿਆਰਿਓ ਕੋਈ ਵੀ ਆਪ ਮੁਹਾਰੇ ਗੁਰੂ ਦੇ ਕੋਲ ਚੱਲ ਕੇ ਨਹੀਂ ਆਉਂਦਾ ਕੇਵਲ ਉਹ ਆਣ ਕੇ ਸੰਗਤ ਵਿੱਚ ਬਹਿੰਦੇ ਨੇ ਜਿਹਨਾਂ ਨੂੰ ਗੁਰੂ ਨਾਨਕ ਸਾਹਿਬ ਆਪ ਸੱਦੇ ਦਿੰਦੇ ਆਪੇ ਸੰਗਤ ਸਦਭਾਲ ਲੈ ਸਾਡੀ ਭਾਵਨਾ ਬਣੇ ਸੱਚੇ ਪਾਤਸ਼ਾਹ ਆਪ ਜੀ ਨੇ ਤਰਸ ਕੀਤਾ ਮਿਹਰਾਮਤ ਕੀਤੀ ਸਾਡੇ ਅੰਦਰ ਪਿਆਸ ਜਗਾਈ ਸਾਡੇ ਅੰਦਰ ਇਹ ਫੁਰਨਾ ਆਪ ਜੀ ਨੇ ਭੇਜਿਆ ਕਿ ਗੁਰਦੁਆਰਾ ਸਾਹਿਬ ਚਲੀਏ
ਸੱਚੀ ਉੱਚੀ ਪਿਆਰਿਓ, ਸਿੱਖ ਇੱਕ ਵੀ ਕਰਨ ਤੁਰਨ ਤੋਂ ਪਹਿਲਾਂ ਨਾ, ਸਿੱਖ ਦੇ ਇੱਕ ਵੀ ਕਰਨ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਮਹਾਰਾਜ ਆਪ ਘਰੇ ਆਣ ਕੇ ਸੱਦੇ ਦਿੰਦੇ ਆ। ਇਸ ਭਾਵਨਾ ਨਾਲ ਗੁਰੂ ਘਰ 'ਚ ਬੈਠੀਏ। When we sit inside the Gurdwara, let's not sit here thinking, oh, we come here today, I've driven on my car, come here, I've walked here, I've come by a train or I've come by a bus or however you come. Gurbani says, Appe Sangat Sad Bahale. The day the idea, the day the hope, the day the desire wells up inside you to come and sit in the Sangat, listen to Katha, listen to Kirtan, that is the day Guru Nanak Sahib Maharaj themselves have traveled to your house, knocked on the door of your soul, and called you to come into the Sangha. That's what Guru Granth Sahib says, Appe, God Himself. Appe Sangat Sad Bahale. Sad means to knock on doors. Sadra, Sadda si samjhde na Punjabi da ek bahut hi pyara lafz hai, Sadde de. Guru Nanak Sahib Maharaj, Aap Sadde Dinde hai. Guru Nanak Sahib knocks on the door of our soul and says, oh my son, oh my daughter, come and sit with me in the Sangha. Aao pyareo. ਜੇ ਗੁਰੂ ਨਾਨਕ ਪਾਤਸ਼ਾਹ ਨੇ ਸਰੀਰ ਕਰਕੇ ਸਾਨੂੰ ਇੱਥੇ ਬੈਠਣ ਦਾ ਇਸ ਭਾਗ ਸਮਾਂ ਬਖਸ਼ਿਆ, ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਚਰਨਾਂ ਕਮਲਾਂ ਦਾ ਸਾਰੇ ਕੋਸ਼ਿਸ਼ ਕਰੀਏ, ਧਿਆਨ ਕਰੀਏ, ਗੁਰੂ ਨਾਨਕ ਪਾਤਸ਼ਾਹ ਜੀ ਨੂੰ ਆਖੀਏ ਧੰਨਵਾਦ, ਸਰੀਰ ਕਰਕੇ ਹਜ਼ੂਰੀ ਦੀ ਦਾਤ ਮਾਣ ਰਹੇ ਹਾਂ, ਸੱਚਾ ਪਾਤਸ਼ਾਹ ਕਿਤੇ ਸਾਨੂੰ ਅੰਦਰ ਮਨ ਦੀ ਹਜ਼ੂਰੀ ਦੀ ਵੀ ਦਾਤ ਬਖਸ਼ੇ। ਟੁਡੇ ਵੀ ਸਿਟਿੰਗ ਇਨ ਫਰੰਟ ਆਫ ਯੂ ਫਿਜ਼ੀਕਲੀ, ਬ੍ਰਿੰਗ ਅਸ ਸਪਿਰਚੁਅਲੀ ਐਂਡ ਮੈਂਟਲੀ ਇਨ ਫਰੰਟ ਆਫ ਯੂ ਐਜ਼ ਵੈਲ। ਆਓ ਸੰਗਤ ਜੀ, ਸਾਰੀ ਸੰਗਤ ਬਖਸ਼ੋ ਅਸੀਸ, ਮੇਰੇ ਸਿਰ ਤੇ ਰੱਖੋ ਮੇਰਾ ਭਰਿਆ ਹੱਥ, ਸਾਰੀ ਸੰਗਤ ਗੱਜ ਕੇ ਆਪਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਆਰਿਓ, ਕੁਝ ਦਿਨਾਂ ਤੋਂ ਵਿਚਾਰ ਚੱਲ ਰਹੀ ਹੈ, ਫਰੋਮ ਫਿਊ ਡੇਜ਼ ਵੀ ਬੀਨ ਗੋਇੰਗ ਥਰੂ ਵਨ ਟੌਪਿਕ, ਕਿਉਂਕਿ ਦਾਸ ਨੂੰ ਇੱਥੇ ਆਇਆ, ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ 2 ਦਿਨ ਹੋ ਗਏ ਨੇ, ਕੈਂਪ ਦੇ ਵਿੱਚ ਵੀ ਹਾਜ਼ਰੀ ਭਰਨ ਦਾ ਮੌਕਾ ਮਿਲਿਆ, ਤੇ ਸ਼ਾਮ ਨੂੰ 2 ਦਿਨ ਹੋ ਗਏ ਨੇ, ਇੱਕ ਵਿਚਾਰ ਦੀ ਲੜੀ ਚੱਲ ਰਹੀ। ਲੜੀ ਮੀਨਸ ਅ ਕੰਟੀਨਿਊਸ ਵਿਚਾਰ, ਇਨ ਕਥਾ ਔਰ ਇਨ ਕੀਰਤਨ, ਸਮਥਿੰਗ ਵਿਚ ਕੰਟੀਨਿਊਸ ਅ ਟੌਪਿਕ। ਤੇ ਪਿਆਰਿਓ, ਜਿਹੜੀ ਲੜੀ ਚੱਲ ਰਹੀ ਹੈ ਨਾ, ਉਹ ਹੈ ਬੰਦੇ ਦੀ ਆਸ ਕਿੱਥੇ ਹੋਣੀ ਚਾਹੀਦੀ ਹੈ। ਬਿਫੋਰ ਆਈ ਕੈਰੀ ਔਨ, ਆਈ ਵਾਂਟ ਟੂ ਸੇ ਟੂ ਯੂ, ਸਮਟਾਈਮਸ ਵੀ ਕਮ ਟੂ ਦ ਗੁਰਦੁਆਰਾ ਐਂਡ ਵੀ ਸੇ, ਆਈ ਡੋਨਟ ਵਾਂਟ ਟੂ ਕਮ ਬਿਕਾਜ਼ ਆਈ ਡੋਨਟ ਅੰਡਰਸਟੈਂਡ ਵਾਟਸ ਬੀਇੰਗ ਸੈਡ। Today, if you can understand the language and you still close your ears, then it's not the fault of the Gyanis, it's not the fault of the Bhai Sahib, and it's not the fault of the committees. If you can understand the language which is being spoken and you still close your ears, then the fault lies with you, with us. Khair kya hai ho? Jedi vichar di ladi chal rahi si kuch dinan to, bande di aas kithe tiki hui hai sansar de. Pyare ho, main benti karan, ਇੱਕ ਆਗ ਮਾਨੁੱਖ ਦੇ ਅੰਦਰ ਹੈ, ਤੇ ਮਾਫ ਕਰਨਾ ਸੰਗਤ ਜੀ, ਇੱਕ ਆਗ ਗੁਰਮੁਖ ਦੇ ਅੰਦਰ ਵੀ ਹੈ। ਫਰੋਮ ਅ ਫਿਊ ਡੇਜ਼ ਅਗੋ ਅਸੀਂ ਵਿਚਾਰ ਕਰ ਰਹੇ ਹਾਂ ਕਿ ਬੰਦੇ ਦੀ ਆਸ ਜੇ ਸੰਸਾਰ ਵੱਲ ਜਾਵੇ, ਤੇ ਪਿਆਰਿਓ, ਸੰਸਾਰ ਦੀ ਜਿਹੜੀ ਆਸ ਤੱਕਦਾ ਆ, ਸੰਸਾਰ ਦਾ ਜਿਹੜਾ ਆਪਣੇ ਆਪ ਨੂੰ ਸੰਸਾਰ ਦੇ ਸਹਾਰੇ ਤੇ ਜਿਹੜਾ ਜੀਵਦਾ ਆ, ਇਹ ਝੂਠੀਆਂ ਆਸਾਂ ਦੇ ਉੱਤੇ ਜਿਹੜਾ ਬੰਦਾ ਜੀਵਦਾ, ਪਿਆਰਿਓ, ਉਹ ਆਸਾਂ ਇੱਕ ਦਿਨ ਨਿਰਾਸਾ ਅੰਦਰ ਬਦਲ ਜਾਂਦੀਆਂ ਆ। ਜਦੋਂ ਬੰਦਾ ਪਰਮੇਸ਼ਰ ਦੀ ਆਸ ਤੇ ਜੀਵਦਾ ਹੈ, ਤੇ ਸੱਚੀ ਗੱਲ ਪਿਆਰਿਓ, ਉਹਦੇ ਅੰਦਰ ਦਰਸ਼ਨ ਦੀ ਪਿਆਸਾ ਜਾਗਦੀ। ਸੰਸਾਰ ਦੀ ਆਸ ਦੇ ਵਿੱਚੋਂ ਨਿਰਾਸਾ ਤੇ ਨਿਰੰਕਾਰ ਦੀ ਆਸਾ ਵਿੱਚੋਂ ਦਰਸ਼ਨਾਂ ਦੀ ਪਿਆਸਾ ਜਾਗਦੀ। ਵਨ ਯੂ ਲਿਵ ਯੋਰ ਲਾਈਫ ਔਨ ਦਾ ਹੋਪਸ ਆਫ ਦਿਸ ਵਰਲਡ, ਦੈਨ ਯੂ ਬਿਕਮ ਹੋਪਲੈਸ, ਯੂ ਬਿਕਮ ਡਿਪਰੈਸਡ, ਯੂ ਫਾਲ ਡਾਊਨ। ਵਨ ਯੂ ਲਿਵ ਯੋਰ ਲਾਈਫ ਔਨ ਦਾ ਹੋਪ ਆਫ ਗੋਡ, ਦੈਨ ਵਨ ਡੇ ਦ ਡਿਜ਼ਾਇਰ ਟੂ ਮੀਟ ਗੋਡ ਵੈਲਸ ਅਪ ਇਨਸਾਈਡ। And what I said in Punjabi was, a manmukh, somebody who follows their mind, there's a fire inside them as well. But there's a fire inside a gurmukh as well. Pyaryo, jay asi Guru Granth Sahib Maharaj sache paatshah ji puchhiye greenwan, manmukh de andar kehdi agg bal rahi hai? Mere dhan Guru Granth Sahib Maharaj kehnde, jiyo tab tab hai baro bar, tab tab khapai bahut bekar, jai tan bani ਵਿਸਰ ਜਾਏ, ਜੋ ਪੱਕਾਰੋ ਕੀ ਵਿਲ ਲਾਏ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਦਾ ਸ਼ਬਦ ਹੈ। ਮਹਾਰਾਜ ਜੀ ਕਹਿੰਦੇ, ਜੀਉ ਤਪਤ ਹੈ ਬਾਰੋ ਬਾਰ, ਮਨਮੁਖ ਦੇ ਅੰਦਰ ਦੀ ਅੱਗ ਜਿਹੜੀ ਹੈ, ਸੱਚੀ ਗੱਲ ਹੈ ਪਿਆਰਿਓ, ਉਹਨੂੰ ਵਾਰ ਵਾਰ ਤਪਾ ਰਹੀ ਹੈ, ਉਹਦੇ ਅੰਦਰ ਨੂੰ ਖੰਡਰਾਖ ਕਰ ਰਹੀ ਹੈ। ਤਪ ਤਪ ਖਪੈ ਬਹੁਤ ਬੇਕਾਰ,
ਇਸ ਅੱਗ ਦੀਆਂ ਲਾਟਾਂ ਕਿਹੜੀਆਂ ਨੇ? ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਈਰਖਾ, ਨਿੰਦਿਆ, ਚੁਗਲੀ, ਦੁਬਿਧਾ, ਦਵੈਤ, ਇਸ ਅੱਗ ਦੇ ਵਿੱਚੋਂ ਇਹ ਲਾਟਾਂ ਬਣ ਬਣ ਕੇ ਨਿਕਲ ਰਹੀਆਂ। ਇਨਸਾਈਡ ਮਨੁੱਖ ਦੇਰ ਇਜ਼ ਅ ਫਾਇਰ। ਤੇ ਪਿਆਰਿਓ, ਮੈਂ ਪਹਿਲੇ ਦੀਵਾਨ 'ਚ ਬੇਨਤੀ ਕੀਤੀ ਸੀ, ਜਦੋਂ ਬੰਦਾ ਸੰਸਾਰ ਦੀ ਆਸ ਨੂੰ ਤੱਕਦਾ ਆ ਤੇ ਪਿਆਰਿਓ, ਕੇਵਲ ਉਸ ਆਸ ਦੇ ਵਿੱਚੋਂ ਵਿਕਾਰ ਜਨਮ ਲੈਂਦੇ, ਹੋਰ ਕੁਝ ਨਹੀਂ। ਪਹਿਲੇ ਦਿਨ ਪ੍ਰਮਾਣ ਦਿੱਤਾ ਸੀ ਨਾ ਕਬੀਰ, ਬੇਕਾਰੇ ਚਿਕਲਤੇ ਝੂਠੀ ਕਰਤੇ ਆਸ, ਮਨੋਜ ਕੋਈ ਨਾ ਪੂਰੇ ਉਚਾਲੇ ਊਠ ਨਿਰਾਸ। When you put your hopes in the world, what I said in Punjabi, there's a fire inside Manmukh. Someone who follows their mind, there's a fire inside. And if you ask Guru Granth Sahib Maharaj Sache Patshah, what is the fire? Guru Granth Sahib, he says, Jiyo tabda hai baro bar, my inside is burning. They're talking about someone who is lost from the path of God. Jiyo tabda hai baro bar, the inside is burning again and again. Tab tab khapai bahut bekar. And if we ask Maharaj, when we look in the world, when we look at people's faces, it doesn't look like they're burning. Guruji says, don't look at the smiles on top, look at inside. Inside there's a fire burning. And what are the flames? Desire, anger, greed, attachment, slander, jealousy, envy, ego. These fires are burning up inside. Tap tap kapai, bahut bekar. Ede vichon laatan nikalniyan panj vikaran diyan. ਜੈ ਤਨ ਬਾਣੀ ਵਿਸਰ ਜਾਏ। ਜਿਹੜਾ ਪਰਮੇਸ਼ਰ ਜੀ ਦੀ ਓਟ ਨੂੰ, ਪਰਮੇਸ਼ਰ ਦੀ ਬਾਣੀ ਨੂੰ ਭੁਲਾ ਕੇ ਸੰਸਾਰ ਦੀ ਆਸ ਨੂੰ ਤੱਕਦਾ ਆ, ਪਿਆਰਿਓ, ਜੋ ਪੱਕਾ ਰੋਗੀ ਵਿਲ ਲਾਏ, ਉਹ ਫਿਰ ਇਸ ਤਰ੍ਹਾਂ ਵਿਲਲਾਪ ਕਰਦਾ ਜਿਵੇਂ ਇੱਕ ਕੋਹੜੀ ਬੈਠਾ ਹੋਇਆ ਆਪਣੇ ਦੁੱਖ ਰੋਂਦਾ। ਲਾਈਕ ਅ ਲੈਪਰ ਕ੍ਰਾਈਜ਼ ਆਊਟ। ਗੁਰੂ ਗ੍ਰੰਥ ਸਾਹਿਬ ਜੀ ਸੇਜ਼, ਜੈ ਤਨ, ਦੈਟ ਬੋਡੀ ਹੂ ਫੋਰਗੈਟਸ ਦ ਵਰਡ ਆਫ ਗੋਡ, ਹੂ ਫੋਰਗੈਟਸ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ, ਦੈਟ ਹਿਊਮਨ ਬੀਇੰਗ who takes his hope and support from this world, then what happens one day? He cries out like a leper, just like a leper cries out. And leprosy is such a disease that parts of your body start falling off and crumbling. ਪਿਆਰੇ ਨੇ ਬੇਨਤੀ ਕੀਤੀ ਆ ਕਿ ਕੋੜ ਦਾ ਰੋਗ ਐਸਾ ਆ ਨਾ, ਜਦੋਂ ਇੱਕ ਵਾਰੀ ਚਿੰਬੜ ਜਾਏ ਫਿਰ ਛੇਤੀ ਕੀਤੀਆਂ ਉਹ ਲੱਥਦਾ ਨਹੀਂ ਹੈਗਾ। ਦੂਸਰੀ ਗੱਲ ਕਿ ਕੋੜ ਦੇ ਰੋਗ ਦੇ ਨਾਲ ਇੱਕ ਇੱਕ ਅੰਗ ਗਲ ਜਾਂਦਾ ਆ। ਪਿਆਰਿਆ, ਜੇ ਸੰਸਾਰ ਦੀ ਆਸ ਨੂੰ ਤੱਕੇਗਾ, ਸੱਚੀ ਗੱਲ ਤੇਰਾ ਅੰਦਰ ਵੀ ਗਲ ਜਾਏਗਾ। ਇਫ ਯੂ ਪੁਟ ਯੋਰ ਹੋਪਸ ਇਨ ਸਮਵਨ ਅਦਰ ਦੈਨ ਗੋਡ, ਦ ਸੇਮ ਵੇ ਦ ਲੈਪਰਸੀ ਮੇਕਸ ਬਿਟਸ ਐਂਡ ਪੀਸਸ ਆਫ ਆਰ ਬੋਡੀ ਫਾਲ ਆਫ, ਦ ਸੇਮ ਵੇ ਇਟ ਵਿਲ ਡਿਸੋਲਵ ਆਰ ਇਨਸਾਈਡ ਆਰ ਸੋਲ। ਮੈਂ ਬੇਨਤੀ ਕੀਤੀ ਸੀ ਪਹਿਲੇ ਦਿਨ ਵੀ, ਕਈ ਵਾਰੀ ਜਦੋਂ ਬੰਦਾ ਕਿਸੇ ਦੇ ਆਸ ਰੱਖਦਾ ਹੈ ਨਾ, ਤੇ ਉਹਦੀ ਆਸ ਜਿਹੜੀ ਆ ਪੂਰੀ ਨਹੀਂ ਹੁੰਦੀ। ਮਨੁੱਖ ਕਿਸੇ ਦੀ ਆਸ ਨੂੰ ਤੋੜ ਦਿੰਦਾ ਹੈ ਨਾ, ਕੇਵਲ ਉਹ ਆਸ ਨਹੀਂ ਟੁੱਟਦੀ, ਰੱਖਣ ਵਾਲਾ ਵੀ ਕਈ ਵਾਰੀ ਟੁੱਟ ਜਾਂਦਾ। ਅਸੀਂ ਕਿਸੇ 'ਤੇ ਆਸ ਰੱਖਦੇ ਹਾਂ, ਅਤੇ ਮੈਂ ਕੱਲ੍ਹ ਵੀ ਇੱਕ ਗੱਲ ਕਹੀ ਸੀ, ਕਿਉਂਕਿ ਇੱਕ ਸ਼ਬਦ ਅਸੀਂ ਵਰਤਦੇ ਹਾਂ ਵਿਸਾਹ ਘਾਤ। ਜਦੋਂ ਕੋਈ ਵਿਸਾਹ ਘਾਤ ਕਰਦਾ ਪਿਆਰਿਓ, ਕੇਵਲ ਵਿਸਾਹ ਦਾ ਘਾਤ ਨਹੀਂ ਹੁੰਦਾ, ਕਈ ਵਾਰੀ ਬੰਦੇ ਦਾ ਹੀ ਅੰਤ ਆ ਜਾਂਦਾ। ਕਿਸੇ 'ਤੇ ਆਸ ਰੱਖਦੇ ਹਾਂ, ਆਸ ਟੁੱਟ ਜਾਂਦੀ ਆ ਅਤੇ ਬੰਦਾ ਅੰਦਰੋਂ ਹੀ ਟੁੱਟ ਜਾਂਦਾ। ਸਮਟਾਈਮਸ ਵੈਨ ਯੂ ਪੁੱਟ ਯੋਰ ਹੋਪ ਇਨ ਸਮਵਨ, ਦੇ ਬ੍ਰੇਕ ਯੋਰ ਹੋਪਸ। You, not just your hope breaks, but you end up breaking down yourself, and it's called in this world a breakdown. Pyaaryo, manmukh de andar di aag, there's a fire inside of manmukh, someone who follows their mind. Par pyaaryo, ek gurmukh de andar di aag hai. Tan Guru Granth Sahib ji nu puchhiye green waad, manmukh de andar kaam kro lobh oh hankar di aag, manmukh de andar nindya chugli irkha di aag, manmukh de andar duniya di hi aas takkan di aag hai. ਗਰੀਬ ਰਿਵਾਜ, ਗੁਰਮੁਖ ਦੇ ਅੰਦਰ ਦੀ ਅੱਗ ਕਿਉਂ ਜੀ? ਮੇਰੇ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ, ਹਰ ਦਰਸ਼ਨ ਕਹੋ ਮੇਰਾ ਮਨ ਬਹੁ ਤਪਤੈ। ਮਨਮੁਖ ਵਾਸਤੇ ਵੀ ਸ਼ਬਦ ਵਰਤਿਆ ਗਿਆ ਤਪਣਾ, ਤੇ ਗੁਰਮੁਖ ਵਾਸਤੇ ਵੀ ਸ਼ਬਦ ਵਰਤਿਆ ਗਿਆ, ਪਰ ਅੰਤਰ ਬਹੁਤ ਆ। ਹਰ ਦਰਸ਼ਨ ਕਹੋ ਮੇਰਾ ਮਨ ਬਹੁ ਤਪਤੈ, ਜਿਉਂ ਤ੍ਰਿਖਾਵੰਤ ਬਿਨ ਨੀਰ, ਮੇਰੇ ਮਨ ਪ੍ਰੇਮ ਲਗੋ ਹਰ ਤੀਰ। ਹਮਰੀ ਬੇਤਨ ਹਰ ਪ੍ਰਭ ਜਾਣੈ, ਮੇਰੇ ਮਨ ਅੰਦਰ ਕੀ ਪੀਰ। ਪਿਆਰਿਓ, ਮਨਮੁਖ ਦੇ ਅੰਦਰ ਦੀ ਅੱਗ ਇਹੋ ਜਿਹੀ ਹੈ ਨਾ, ਜਦੋਂ ਘਰ ਦੇ ਅੰਦਰ ਅੱਗ ਬੇਮਰਿਆਦੀ ਬੇਤਰਤੀਬੀ ਵੜ ਜਾਏ, ਤੇ ਪਿਆਰਿਓ ਘਰ ਸਾਰਾ ਸੜ ਕੇ ਸਵਾਹ ਹੋ ਜਾਂਦਾ ਆ। ਤੇ ਜਦੋਂ ਪਿਆਰਿਓ ਅੱਗ ਕਿਸੇ ਮਰਿਆਦਾ ਦੇ ਵਿੱਚ ਜਾਂਦੀ ਹੈ, ਜਦੋਂ ਅੱਗ ਕਿਸੇ ਤਰਤੀਬ ਦੇ ਅੰਦਰ ਜਾਂਦੀ ਹੈ, ਤੇ ਪਿਆਰਿਓ ਉਸੇ ਅੱਗ ਦੇ ਉੱਤੇ ਕੜਾ ਪ੍ਰਸ਼ਾਦੀ ਪੰਚਾਮਰਤੀ ਦੇਖ ਸਕ ਕੇ ਤਿਆਰ ਹੁੰਦੀ।
ਉਸੇ ਅੱਗ ਦੇ ਉੱਤੇ ਲੰਗਰ ਦੇ ਪ੍ਰਸ਼ਾਦੇ ਪੱਕਦੇ ਆ। ਪਿਆਰਿਓ ਇੱਕ ਅੱਗ ਉਹ ਹੈ ਜਿਹੜੀ ਘਰ ਦੀ ਤਬਾਹੀ ਕਰ ਰਹੀ ਆ, ਤੇ ਇੱਕ ਅੱਗ ਉਹ ਹੈ ਜਿਹਦੇ ਨਾਲ ਗੁਰੂ ਦੀਆਂ ਦੇਗਾਂ ਤਿਆਰ ਹੁੰਦੀਆਂ। ਮੈਂ ਬੇਨਤੀ ਕਰਾਂ ਪਿਆਰਿਓ, ਮਨੁੱਖ ਦੇ ਅੰਦਰ ਦੀ ਅੱਗ ਜਿਹੜੀ ਆ ਉਹ ਹੋਰਨਾਂ ਨੂੰ ਵੀ ਜਿਹੜੇ ਵੀ ਉਹਦੇ ਕੋਲ ਬੈਠਦੇ ਆ ਉਹਦੇ ਮੁੱਖ ਰਾਹੀਂ ਨਿਕਲਦੇ, ਕਿਉਂਕਿ ਪਿਆਰਿਓ ਜਿਹੜੀ ਅੰਦਰ ਦੀ ਅੱਗ ਹੈ ਕੇਵਲ ਅੰਦਰ ਨਹੀਂ ਰਹਿੰਦੀ। ਜਦੋਂ ਕੋਈ ਬੋਲਦਾ ਆ ਤੇ ਪਿਆਰਿਓ ਜਿੱਥੇ ਜਿੱਥੇ ਉਹ ਜਾਂਦਾ ਆ ਅੱਗ ਲਾਉਂਦਾ ਹੀ ਜਾਂਦਾ ਆ। ਪਿਆਰਿਓ ਜਦੋਂ ਗੁਰਮੁਖ ਬੋਲਦਾ ਹੈ ਤੇ ਉਹਦੇ ਬੋਲਾਂ ਦੇ ਵਿੱਚੋਂ ਪਰਮੇਸ਼ਰ ਦੇ ਦਰਸ਼ਨ ਪਿਆਸਾਂ ਦੀ ਜੋਤ ਲੱਗਦੀ। ਮਨੁੱਖ ਦੇ ਅੰਦਰ ਜਿਹੜੀ ਅੱਗ ਆ ਇਨਸਾਈਡ ਮਨੁੱਖ ਦੇ ਅੰਦਰ ਫਾਇਰ, when he speaks the fire of anger, desire, greed, attachment, slander, negativity goes wherever he goes, but inside the gurmukh, guru granth sahib ji says har darshan ko mera man bahut tapta hai, inside the gurmukh there's a fire, but inside the gurmukh that fire, I gave an example in Punjabi, when fire is in your house and it's outside of the cooker, it falls onto the floor, that same fire sets fire to your whole house. When the fire is used in some sort of control, that same fire makes kadha prasad, that same fire makes all the food you eat. The fire of the gurmukh is that fire of the kadha prasad. The fire of the gurmukh is that fire which nourishes you, and the fire of the manmukh is the fire which sets fire to your house. Manmukh de andar di aasa di jehdi aag hai pyareo, oh ghar nu jaag ke rakh di aa. Gurmukh de andar di jehdi aag hai na pyareo, andar nu bhojan dindi aa naam. ਜਿਸ ਤਰ੍ਹਾਂ ਤਰਤੀਬ ਵਾਲੀ ਅੱਗ ਦੇ ਨਾਲ ਭੋਜਨ ਤਿਆਰ ਹੁੰਦਾ ਨਾ, ਇਵੇਂ ਪਿਆਰੇ ਜਿਹਦੇ ਅੰਦਰ ਦਰਸ਼ਨਾਂ ਦੀ ਪਿਆਸ ਦੀ ਅੱਗ ਜਗਦੀ ਹੈ ਉਹਦੇ ਉਹਨੂੰ ਹੀ ਨਾਮ ਦਾ ਭੋਜਨ ਪ੍ਰਾਪਤ ਹੁੰਦਾ। ਬੇਨਤੀ ਮੇਰੀ ਸੁਣਿਓ, ਜਿਹਦੇ ਅੰਦਰ ਦਰਸ਼ਨਾਂ ਦੇ ਪਿਆਸ ਦੀ ਅੱਗ ਜਗਦੀ ਹੈ ਉਹਦੇ ਅੰਦਰ ਨਾਮ ਦਾ ਭੋਜਨ ਤਿਆਰ ਹੁੰਦਾ ਹੈ। ਜਸਟ ਲਾਈਕ ਯੂ ਮੇਕ ਫੂਡ ਅਪੋਨ ਅ ਕੁੱਕਰ, ਇਨ ਦ ਸੇਮ ਵੇ ਵੈਨ ਦ ਡਿਜ਼ਾਇਰ, ਦੈਟ ਬਰਨਿੰਗ ਡਿਜ਼ਾਇਰ ਟੂ ਮੀਟ ਗੋਡ ਵੈਲਸ ਅਪ ਇਨਸਾਈਡ ਯੂ, then you're blessed with the name of God, then you're blessed with naam. Bhai Sahib ki gaare si na shabd nanak amrit ek hai, pyar satti gall hai, oh darshanan de pyasan de vichon oh amrit naam di prapti ho jandi hai jadon guru di kripa hunde. Khair mera prakaran nahi hai, that's not the topic I'm talking about today. Kal de diwan de andar assi ek eho je gurmukh di unna di jeevan de vichon ek chalki aap ji de samne rakhi si, te mainu ਕੱਲ੍ਹ ਦੇ ਦੀਵਾਨ ਦੇ ਵਿੱਚ ਵਿਸਰ ਗਿਆ ਸੀ ਉਹਨਾਂ ਦਾ ਨਾਮ ਦੱਸਣਾ। ਉਹ ਗੁਰਮੁਖ ਪਿਆਰੇ ਜਿਨ੍ਹਾਂ ਦੀਆਂ ਦੋਵਾਂ ਅੱਖਾਂ ਕੱਢੀਆਂ ਗਈਆਂ, ਹੱਡੀਆਂ ਹੱਡਾਂ ਤੋਂ ਲੈ ਕੇ ਪੈਰਾਂ ਦੀਆਂ ਤਲੀਆਂ ਤੋਂ ਲੈ ਕੇ ਗੋਡਿਆਂ ਤੱਕ ਲੋਹੇ ਦੇ ਕਿਲ ਚੁੱਕੇ ਗਏ, ਸਰੀਰ ਦੇ ਅੰਦਰ ਦੀ ਲੋਹੇ ਦੀਆਂ ਸਲਾਖਾਂ ਲਗਾਈਆਂ ਗਈਆਂ, ਅਤੇ ਪਿਆਰੇ ਫਿਰ ਵੀ ਉਹਨਾਂ ਨੇ ਗੁਰੂ ਸਾਹਿਬ ਜੀ ਦੇ ਸੋਦਾ ਦੇ ਪਾਠ ਨੂੰ ਨਾ ਭੁਲਾਇਆ। ਉਹਨਾਂ ਦੇ ਨਾਮ ਸੀ ਭਾਈ ਅਨੋਖ ਸਿੰਘ। ਦਾ ਗੁਰਮੁਖ ਪਿਆਰੇ ਵਿੱਚ ਉੱਠਦਾ ਯੈਸ ਡੇ who went through all that torture, metal being put through his heels all the way up to his knees, then being put through his stomach, electrocuted, both his eyes taken out, but even then when the evening came he was singing Rera Santa Paath. Tek parman ta si pyare ek upar jis jan ki aasa tis ki katiya jam ki faasa, jehda ik di aas nu takda aya dhan guru arjan dev ji maharaj kehnde pyare aa ਤੂੰ ਦੁਨੀਆ ਦੀ ਆਸ ਨੂੰ ਤੱਕੇਗਾ, ਸੱਚੀ ਗੱਲ ਹੈ ਤੇਰੇ ਅੰਦਰ ਦੀ ਤਬਾਹੀ ਹੋ ਜਾਵੇਗੀ, ਤੂੰ ਇੱਕ ਦੀ ਆਸ ਨੂੰ ਤੱਕ, ਸੱਚੀ ਗੱਲ ਗੁਰੂ ਨਾਨਕ ਪਾਤਸ਼ਾਹ ਤੇਰੇ ਗਲਾਂ ਦੇ ਵਿੱਚੋਂ ਜਮਾਂ ਦੀ ਫਾਸ ਨੂੰ ਕੱਟ ਦੇਣਗੇ। ਈਵਨ ਡੈਥ ਕੈਨੋਟ ਕਿਲ ਯੂ, ਮੌਤ ਵੀ ਨਹੀਂ ਮਾਰ ਸਕੇਗੀ। ਇੱਕ ਉੱਪਰ ਜਿਸ ਜਨ ਕੀ ਆਸਾ ਇਸ ਕੀ ਕੱਟੀਐ ਜਮ ਕੀ ਫਾਸਾ, ਤੇ ਪਿਆਰੋ ਇੱਕ ਦੀ ਆਸ ਦੇ ਵਿੱਚੋਂ ਪੈਦਾ ਕੀ ਹੁੰਦਾ ਹੈ, ਪਾਰ ਬ੍ਰਹਮ ਕੀ ਜਿਸਮਾਂ ਨੂੰ ਭੁੱਖ, ਤੂੰ ਇੱਕ ਦੀ ਆਸ ਨੂੰ ਰੱਖ, ਇੱਕ ਦਿਨ ਤੇਰੇ ਅੰਦਰ ਪਰਮੇਸ਼ਰ ਦੇ ਦਰਸ਼ਨਾਂ ਦੀ ਭੁੱਖ ਜਾਗੇਗੀ, ਪਰਮੇਸ਼ਰ ਦੇ ਦੀਦਾਰ ਦੀ ਸਿੱਖ ਜਾਗੇਗੀ ਅੰਦਰ, ਪਰਮੇਸ਼ਰ ਜੀ ਦੇ ਮਿਲਾਪ ਦੇ ਅੰਦਰ ਦਰਦ ਜਾਗੇਗਾ। ਤੇ ਪਿਆਰਿਓ ਜਿਹਦੇ ਅੰਦਰ ਪਰਮੇਸ਼ਰ ਦੇ ਮਿਲਣ ਦੀ ਭੁੱਖ ਆ, ਜਿਹਦੇ ਅੰਦਰ ਪਰਮੇਸ਼ਰ ਦੇ ਮਿਲਣ ਦੀ ਪਿਆਸ ਆ, ਜਿਹਦੇ ਅੰਦਰ ਦਰਸ਼ਨਾਂ ਦੀ ਪਿਆਸ ਆ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਉਸ ਗੁਰਮੁਖ ਨੂੰ ਦੁੱਖ ਨਹੀਂ ਲੱਗ ਸਕਦਾ, ਪਾਰ ਬ੍ਰਹਮ ਕੀ ਜਿਸਮਾਂ ਨੂੰ ਭੁੱਖ, ਨਾਨਕ ਕਿਸੇ ਨਾਲ ਲਾਗੈ ਦੁੱਖ। ਧੰਨ ਗੁਰੂ ਅਰਜਨ ਦੇਵ ਜੀ ਸੁਖਮਨੀ ਸਾਹਿਬ, ਵੀ ਆਰ ਟਾਕਿੰਗ ਯੈਸਟਰਡੇ, ਇਫ ਯੂ ਪੁੱਟ ਯੋਰ ਹੋਪਸ ਇਨ ਦ ਵਰਲਡ ਯੂ ਵਿਲ ਬ੍ਰੇਕ ਡਾਊਨ, ਬਟ ਇਫ ਯੂ ਪੁੱਟ ਯੋਰ ਹੋਪਸ ਇਨ ਗੋਡ, putting your hopes in true God will make you immortal like God is. Ek upar jis jan ki aasa, just like Bhai Anokh Singh had his hopes in one God,
tiski katiya jamki fasa. Even death couldn't kill him. Even then, lying on the floor in a pool of his own blood, he's singing the name of God, singing Rara Sahib. Ek upar jis jamki asa, tiski katiya jamki fasa. The noose of death is cut from his neck. Bhai Anup Singh says, even now I'm lying in a pool of my own blood, but because I'm still reading Rairas, what was he saying? Akhaan jeeva. Main kal to dura aa rahiya kyunki navi sangat bahut aayi hai. Akhaan jeeva. Oh Gurmukh pyara, jail di cell de vich thalle nama pya hai. Akhaan di jyot hun nahi hai, par lekin pyare ajje vi darshan de aasan di jyot jagdi hoi hai. Oh jyot nu koi leh nahi sakda, koi bujha nahi sakda. Akhaan di jyot koi dhakke de naal kadh sakda hai, par pyareo ਕਾਗਾ ਕਰੇ ਵਿੱਚ ਢੋਲਿਆ ਸਗਲਾ ਖਾਇਆ ਮਾਸ ਇਹ ਦੋਈ ਨੈਣਾ ਮਤ ਜੂਹੂ ਪਿਰ ਦੇਖਣ ਕੀ ਆਸ ਪਿਰ ਦੇਖਣ ਦੀ ਜਿਹੜੀ ਆਸ ਆ ਉਹਨੂੰ ਕੋਈ ਵੀ ਕਾਰ ਤੇ ਕਰਿੰਦਾ ਜਿਹੜਾ ਅੰਦਰੋਂ ਘੱਟ ਨਹੀਂ ਸੀ ਆਈ ਗੇਵ ਐਨ ਐਗਜ਼ਾਮਪਲ ਫਰਮ ਸ਼ੇਖ ਫਰੀਦ ਜੀ ਬਾਣੀ ਭਾਈ ਅਨੋਖ ਸਿੰਘ ਇਜ਼ ਲਾਇੰਗ ਔਨ ਦ ਫਲੋਰ ਆਫ ਦ ਜੇਲ ਸੈਲ ਕਾਗਾ ਕਰੇ ਵਿੱਚ ਢੋਲਿਆ ਓ ਫਰੋ ਯੂ ਮੀਨ ਆਲ ਆਫ ਮਾਈ ਸਕੈਲਟਨ ਸਗਲਾ ਖਾਇਆ ਮਾਸ ਇਹ ਦੋਈ ਨੈਣਾ ਮਤ ਜੂਹੂ ਪਿਰ ਯੂ ਕੈਨੋਟ ਟੇਕ ਅਵੇ ਦੀਸ ਆਈਜ਼ ਦ ਇਨਰ ਆਈਜ਼ ਪਿਰ ਦੇਖਣ ਕੀ ਆਸ ਆਈ ਸਟਿਲ ਡਿਜ਼ਾਇਰ ਟੂ ਮੀ ਗੋਡ ਈਵਨ ਦੋ ਹਿਸ ਆਈਜ਼ ਵਰ ਟੇਕਨ ਆਊਟ ਮੈਂ ਸਾਰੀ ਸਾਖੀ ਨਹੀਂ ਦੁਰਾਵਾਂਗਾ ਕਿਉਂਕਿ ਕੱਲ੍ਹ ਦੇ ਦੀਵਾਨ ਦੇ ਵਿੱਚ ਅਸੀਂ ਤੁਹਾਡੇ ਸਾਹਮਣੇ ਰੱਖੀ ਹੋਈ ਹੈ ਆਮ ਨੋਟ ਗੋਇੰਗ ਟੂ ਗੋ ਥਰੂ ਦ ਹੋਲ ਸਟੋਰੀ ਬਟ ਭਾਈ ਅਨੋਖ ਸਿੰਘ ਇਜ਼ ਲਾਇੰਗ ਦੇਅਰ ਔਨ ਦ ਫਲੋਰ ਐਂਡ ਹੀ ਸਟਿਲ ਸਿੰਗਿੰਗ ਰਹਿਰਾਸ ਆਖਾਂ ਜੀਵਾਂ ਸੋ ਦਾ ਦਾ ਪਾਠ ਨਹੀਂ ਭਲਾਇਆ ਗੁਰੂ ਕੇ ਸਿੰਘ ਆਖਾਂ ਜੀਵਾਂ ਕੀ ਕਹਿ ਰਿਹਾ ਸੀ ਮੇਰੇ ਮੁੱਖ ਦੇ ਵਿੱਚ ਰਹਿ ਰਹਾ ਸਿਆਣ ਜਾਲਮਾ ਤੂੰ ਮੈਨੂੰ ਮਾਰ ਨਹੀਂ ਸਕਦਾ ਮੇਰੇ ਗੁਰੂ ਦਾ ਨਾਮ ਮੇਰੀ ਲਸਾਂ ਤੇ ਆ ਆਖਾਂ ਜੀਵਾਂ ਵਿਸਰੇ ਮਰ ਜਾ ਜਿਸ ਦਿਨ ਮੇਰੇ ਮੁੱਖ ਤੋਂ ਸੋਦਰ ਦਾ ਪਾਠ ਗਵਾਚ ਜਾਏਗਾ ਜਿਸ ਦਿਨ ਮੇਰੀ ਰਸਨਾ ਤੋਂ ਮੇਰੇ ਗੁਰੂ ਦਾ ਨਾਮ ਗਵਾਚ ਜਾਏਗਾ ਜਿਸ ਦਿਨ ਮੈਂ ਆਪਣੇ ਗੁਰੂ ਦੇ ਨਾਮ ਨੂੰ ਭੁਲਾਵਾਂਗਾ ਸੱਚੀ ਗੱਲ ਹੈ ਉਸ ਦਿਨ ਮੌਤ ਆ ਉਸ ਤੋਂ ਪਹਿਲਾਂ ਮੈਨੂੰ ਮੌਤ ਵੀ ਮਾਰ ਨਹੀਂ ਸਕਦੀ ਆਖਾਂ ਜੀਵਾਂ ਵਿਸਰੇ ਮਰ ਜਾਓ ਪਿਆਰਿਓ ਹੀ ਵਾਸ ਰੀਡਿੰਗ ਆਖਾਂ ਜੀਵਾਂ ਈਵਨ ਦੋ ਆਮ ਲਾਇੰਗ ਔਨ ਦ ਫਲੋਰ Even though you've electrocuted me, you've persecuted me, tortured me, even then Bhai Anup Singh Ji says, Akhaan Jeeva, because I'm repeating the name of my beloved, I'm alive, no one can kill me. The day I will die is the day I forget Vaheguru. Pyareo, mere man de vich ik Bhai Veer Singh Ji da. Keval char line unna diya, o kehnde lagge pyar te pyarda kol vase, kade akhiyan to na hoye ole, kade akhiyan to je hoye ole. ਸੂਰਤ ਉਸ ਦੀ ਦਿਲੋਂ ਨਾ ਹੋਏ ਓਲੇ ਸੂਰਤ ਉਸ ਦੀ ਦਿਲੋਂ ਜੇ ਹੋਏ ਓਲੇ ਨਾਮ ਜੀਵ ਤੋਂ ਕਦੇ ਨਾ ਹੋਏ ਓਲੇ ਨਾਮ ਜੀਵ ਤੋਂ ਕਦੇ ਜੇ ਹੋਏ ਓਲੇ ਸੂਰਤ ਦੇ ਤੂੰ ਸ਼ਾਲਾ ਤਦ ਹੋਏ ਓਲੇ ਭਾਈ ਵੀਰ ਸਿੰਘ ਜੀ ਕਹਿੰਦੇ ਜੇ ਅੰਦਰ ਪਿਆਸ ਜਾਗੇ ਤੇ ਪਿਆਰਾ ਕੋਲ ਰਹੇ ਘੱਟੋ ਘੱਟ ਪਿਆਰੇ ਦੀ ਸੂਰਤ ਕੋਲ ਰਹੇ ਜੇ ਪਿਆਰੇ ਦੀ ਸੂਰਤ ਵੀ ਅੱਖਾਂ ਦੇ ਸਾਹਮਣੇ ਨਾ ਰਹੀ ਤੇ ਪਿਆਰੇ ਦਾ ਨਾਮ ਰਸਨਾ ਤੇ ਰਹੇ ਜਿਸ ਦਿਨ ਮੇਰੀ ਰਸਨਾ ਤੋਂ ਮੇਰੇ ਪਿਆਰੇ ਦਾ ਨਾਮ ਵਿਸਰ ਜਾਵੇ ਵਾਹਿਗੁਰੂ ਉਸ ਦਿਨ ਤੋਂ ਪਹਿਲਾਂ ਮੇਰੇ ਪ੍ਰਾਣ ਕੱਢ ਦੇ ਭਾਈ ਵੀਰ ਸਿੰਘ ਜੀ ਕਹਿੰਦੇ ਭਾਈ ਵੀਰ ਸਿੰਘ ਸੇਜ਼ ਇਫ ਆਈ ਫਾਲ ਇਨ ਲਵ ਵਿਲ ਯੂ ਫਾਲ ਇਨ ਲਵ ਵਿਦ ਸਮਨ ਐਂਡ ਆ ਵਾਂਟ ਟੈਲ ਯੂ ਦਿਸ ਲਵ ਆਫ ਦ ਵਰਲਡ ਯੂ ਆਰ ਟਾਕਿੰਗ ਅਬਾਊਟ ਦ ਬਾਲੀਵੁੱਡ ਹਾਲੀਵੁੱਡ ਲਵ ਸੋ ਯੂ ਆਰ ਡੂਇੰਗ ਨਾਓ ਸਪੈਸ਼ਲੀ ਅਮੰਗਸਟ ਆਵਰ ਯੰਗਸਟਰਸ ਦ ਲਵ ਸਟੇਜ਼ ਫੋਰ 1 ਵੀਕ ਦੈਨ ਇਟ ਚੇਂਜਸ ਇਹ ਲਵ ਨਹੀਂ ਦੈਟਸ ਨਾਟ ਲਵ Love stays even when your body burns, that's love. Even when your body is cut into pieces, that remains, that's love. Love isn't something that changes every week or every month. Love is something which remains until your breath burns, until your breath leaves your body. Bhai Veer Singh Ji says, Lagge pyar. If you fall in love, pyar ada kol vase, paas vase. If you fall in love, then you want to stay in the company of your beloved. If you can't see him with your eyes, then take his name upon your tongue. The day his name leaves your tongue, Bhai Veer Singh said, I'd rather die that day. This is spirituality, Gurmukh. This is the inner path. Pyareo, je us pyare di surat nahi prapt hoi na, te ghatto ghat sanu guru paatshah ne oda naam ditta, ode naam nu rasna dikhaya. Pehla step te Gurmukh da eh hai, rasna de naal naam da jap kar. The first step of Gurmukh, you may not have seen God, you may not have experienced God yet, But you have God's name, don't let the name of God go from your tongue. One day you will experience and see Him as well. Pyareo main beti kara kyunki kal de diwan vich beti kiti si ke jede andar darshanan di pyaas darshanan di aas jagdi hai na ohde utte panch bahut vaddiyan bakhshishan hundiyan te ajj de diwan de vich
जितना समा रहता है उस दे अंदर मैं वो पांच बख्शां तुहाडे सामने रखनी चाहुंदा हां क्योंकि कल दे गुरु ने बेनती की थी। यस्टरडे आई सेड आई थॉट द फाइव गिफ्ट्स दैट यू गेट इफ यू पुट योर होप्स इनटू गॉड जस्ट लाइक भाई नोक सिंह जी डिड देन यू गेट फाइव गिफ्ट्स फ्रॉम गॉड व्हिच कैनॉट बी बॉट इन अ शॉप फॉर मनी एंड आई वांट टू पुट देम इन फ्रंट ऑफ यू बिकॉज़ आई सेड आई वुड यस्टरडे। प्यारियो जो धन गुरु ग्रंथ साहब महाराज जी की बाणी पढ़ते हैं तो भगत कबीर साहब जी का एक शब्द आता है तकरीबन 337 अंक पे दिस शब्द इज ऑन अंक 337 ऑफ श्री गुरु ग्रंथ साहब महाराज गौरी राग का। इसका टाइटल है राग गौरी सम शब्द सब गौरी सम शब्द सब द नेम ऑफ द भगत साहब ऑन गुरु साहिबान दिस शब्द इज टाइटल राग गौरी एंड इट्स ऑन 337 गुरु ग्रंथ साहब के अंक। तो प्यारियो कबीर साहब जी कहते प्यारिया जे तेरे अंदर हरि के दर्शन की आस जागेगी ना तेरे उत्ते पांच बहुत बड़िया बख्शिशा हो जाएंगी। मैं उस शब्द आप जी ने पहला सामने रखा फिर हौली हौली अपने के बख्शिश की विचार करा आप सरवण कर ले प्यारे जिस काम लिए दुनिया से आए हैं कि अज साडे अंदर भी सिख जात पर प्यारे प्रीतमा सच्चे पातशाह सानू भी कितने साडे अंदर भी आस ना दीवा जगा। Let us try and think of why we're here on this earth. We get an hour, maybe out of our 24 hours a day, or half an hour to think about it. Let's try and take our minds and focus really, single-mindedly, why we're here. You get five blessings from God when you put your hope into God, and those five blessings I'm going to put in front of you today. Pyaryo, Kabir Sahib ji kehnde ne raag gauri, pant nihare kamni, lochan pari le usasa. पंथ निहार है कामनी लोचन परी ले उसासा उर ना पीजे पग ना किसे हर दर्शन की आसा उडो ना कागा कारे बेग मिली जे अपने राम प्यारे रहाओ कौ कबीर जीवन पद कारण हर की भगत करी जय एक आधार नाम नारायण रसना राम रवीज है। हमने तो वन शब्द कबीर जी केवल ऐसी रहाओ दिया तुटा तो पहला उड़ोना काका का है उस तो पहला भी विचार करें। कबीर जी कहते हर दर्शन की आशा जिस दिन मेरे मन दे विच जिस दिन मेरे हृदय दे विच जिस दिन मेरे सीने दे अंदर दुनिया की आस जड़ी आ मिट गई केवल परमेश्वर जी की आस जागी कबीर जी कहते मेरे उत्ते पांच बहुत बड़िया बख्शिशा हो गई। कबीर जी says the day I stopped hoping in the world, the day I stopped relying in the world, the day I stopped putting my hopes and desires in human beings and I put it in God, in experiencing God, in feeling God, in crying out to God and having the desire to meet God, I was blessed with five great blessings. प्यारियो पहली बख्शिश जो अंदर हरि के दर्शन की आस जागती है कबीर जी कहते पहली बख्शिश केड़ी आ पंत निहार कामनी। प्यारियो जिहड़ा बंदा परमेश्वर की आस से जीवदा है जिहदे अंदर परमेश्वर वाले दर्शन की प्यास जागती है दर्शन की आस जागती है कबीर जी कहते जिवें एक पति वरता औरत पति परदेस गया होवे ते प्यारियो पति दूर गया होवे ते उनू आखिए कि तेनू पति दे नाल आपां सोना दे दिंदे आ मोती दे दिंदे आ कुछ होर दे दिंदे आ प्यारियो ओ कहिंदी मैनू कुछ नहीं चाहिदा केवल मैं अपने पति दे राह नू तक रही आ मैं होर किसी दे रस्ते वाल तकदी नहीं होर किसी दे रस्ते वाल वेखदी नहीं होर किसी दे रस्ते वाल झाकदी नहीं ते फरीद जी कहिंदे तिना नाओ सुहागणी जिना झाकना हो जिहड़ियां होर किसी दे रस्ते वाल वेखदियां नहीं ना असल दे विच सुहागणियां होई हो असल दे विच कामणियां होई हो ने असल दे विच पतिवरता होई हो ने ते इत्थे अपनी आत्मा नूं पतिवरता औरत बना के ते प्यारियो मैं नाल ही बेनती करा इन इस कैंप दे विच बच्चियां दे कोल बैठ के मैं आख्या बच्चियो किड्डी वड्डी बख्शिश आ धन गुरु ग्रंथ साहिब जी दी बाणी तकरीबन 60-70% जिहड़ी बाणी आ ਉਹ ਇੱਕ ਇਸਤਰੀ ਵਾਚਕ ਹੋ ਕੇ ਗੁਰੂ ਸਾਹਿਬ ਜੀ ਨੇ ਪਰਮੇਸ਼ਰ ਨੂੰ ਪੁਕਾਰਿਆ ਮੈਂ ਕਾਮਣ ਮੇਰਾ ਕੰਤ ਕਰਦਾ ਮੈਂ ਬੌਰੀ ਮੇਰਾ ਰਾਮ ਪਤਾ ਜਦੋਂ ਅਸੀਂ ਬਾਣੀ ਨੂੰ ਪੜ੍ਹਦੇ ਹਾਂ ਇਹ ਆਨੜੀਏ ਮਾਨੜਾ ਕਾਏ ਕਰੇ ਆਪ ਨੜੇ ਘਰ ਆ ਰੰਗੋ ਕੀ ਨਾ
माणे शौ नेड़े तन कमलिए बार क्या ढूंढे। बड़ी बड़ी बख्शिश है। खैर प्रकरण ये अंदर सो माय टॉपिक टू स्पीक अबाउट द फेमिनिन इन श्री गुरु ग्रंथ साहिब महाराज। बट थिंक अबाउट इट, हाउ मेनी शब्द्स आर सेइंग फ्रॉम द पॉइंट ऑफ अ वाइफ वेटिंग फॉर अ हस्बैंड। देयर इज समथिंग देयर फॉर यू टू अंडरस्टैंड एज डोरस ऑफ गुरु गोविंद सिंह। बट आई वांट टू टेल यू, इफ यू हैव हर दर्शन दी आशा द डे द डिजायर टू मीट गॉड वेल्स अप इनसाइड यू। कबीर जी सेज द फर्स्ट बख्शिश, द फर्स्ट थिंग यू गेट, पंथ निहारे ब्राह्मणी। जस्ट लाइक अ वुमन हुज इन लव, अ वाइफ हुज इन लव विद हर हस्बैंड, शी डजंट लुक एट द पाथ ऑफ एनीवन एल्स। यू ऑफर हर मनी, यू ऑफर हर ज्वेल्स, यू ऑफर हर डायमंड्स, शी सेज ऑल आई वांट इज टू एक्सपीरियंस द लव ऑफ माय हस्बैंड, ही इज गॉन फार अवे टू अनदर कंट्री। शी स्टैंड्स लुकिंग एंड कबीर जी इज यूजिंग दिस एज अ मेटाफोर। He's saying, now I don't look to the world for my hopes, I don't look to the world for my desires, I don't look to the world to give me fulfillment, now I only look to the path of God. Pyareo, tina nao suhagni, jina chakna hore, only that person is truly married to God, who doesn't look at the path of any other, who doesn't put their hopes in any other. Main binti karan pyareo, oh phir ki bintiyan karte hai, jina de andar hari de darshana di aas jaagdi hai, ਉਹ ਜੀਵ ਰੂਪ ਇਸਤਰੀਆਂ ਖੜੀਆਂ ਹੋ ਕੇ ਕਹਿੰਦੀਆਂ ਨੇ, ਆਵੋ ਸੱਜਣਾ ਹਉ ਦੇਖਾ ਦਰਸ਼ਨ ਤੇਰਾ ਰਾਮ, ਘਰ ਆਪਣੜੈ ਖੜੀ ਤਕਾਂ, ਮੈਂ ਮਨ ਚਾਉ ਕਨੇਰਾ ਰਾਮ, ਮਿਲ ਮੇਰੇ ਪ੍ਰੀਤਮਾ ਜੀਓ, ਤੁਦ ਬਿਨ ਖਰੀ ਨਿਮਾਣੀ, ਮੈਂ ਨੈਣੀ ਨੀਂਦ ਨ ਆਵੈ ਜੀਓ, ਭਾਵੈ ਅੰਨ ਨਾ ਪਾਣੀ, ਜੋ ਦੀਸੈ ਗੁਰ ਸਿੱਖੜਾ, ਤਿਸ ਨਿਵ ਨਿਵ ਲਾਗੋਂ ਪਾਏ ਜੀਓ, ਆਖਾਂ ਤਿਰਤਾਂ ਜੀ ਕੀ ਗੁਰ ਸਜਣ ਦਿਓ ਮਿਲਾਏ ਜੀਓ। When she stands there, just like those ਗੁਰਮੁਖ ਸਖੀਆਂ ਪਿਆਰਿਓ, ਉਹ ਗੁਰਮੁਖ ਸਖੀਆਂ ਕਿਸੇ ਦੇ ਰਾਹ ਵੱਲ ਨਹੀਂ ਤੱਕਦੀਆਂ। ਪਿਆਰਿਓ, ਜਿਸ ਦਿਨ ਤੇਰੇ ਅੰਦਰ ਪਰਮੇਸ਼ਰਾਂ ਦੇ ਦਰਸ਼ਨ ਦੀ ਆਸ ਜਾਗੇਗੀ, ਸੱਚੀ ਗੱਲ ਹੈ ਕਿ ਤੂੰ ਵੀ ਕਿਸੇ ਵੱਲ ਵੇਖੇਗਾ ਨਹੀਂ, ਕੇਵਲ ਗੁਰੂ ਗ੍ਰੰਥ ਸਾਹਿਬ ਜੀ ਵੱਲ ਤੂੰ ਆਪਣੀ ਆਸ ਦਾ ਜਿਹੜੀ ਡੋਰ ਹੈ ਰੱਖੇ। ਯੂ ਵੋਂਟ ਲੁੱਕ ਟੂ ਐਨੀਵਨ ਐਲਸ। ਮੰਨ ਲਓ ਜਾ ਕੋ ਹੈ ਆਸ ਤੁਮਾਰੀ, ਤਾਂ ਕੋ ਕਛ ਨਹੀਂ ਸੰਸਾਰੀ। ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ। ਮੰਨ ਲਓ ਹੇ ਮੇਰੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ, ਹੇ ਮੇਰੇ ਵਾਹਿਗੁਰੂ, ਜਾ ਕੋ ਹੈ ਆਸ ਤੁਮਾਰੀ, ਜਿਹਦੇ ਅੰਦਰ ਤੇਰੀ ਆਸ ਜਗ ਦੀ ਹੈ ਨਾ ਦਰਸ਼ਨਾਂ ਦੀ, ਤਾਂ ਕੋ ਕਛ ਨਹੀਂ ਸੰਸਾਰੀ, ਉਹ ਫਿਰ ਸੰਸਾਰ ਵਾਲੀ ਨੇ। ਪੰਥ ਨਿਹਾਰੇ ਕਾਮਣੀ, just like a wife looks to the path of her husband, the same way when the desire to meet God wells up inside you, you look to the path of Vaheguru. Aavo sajana, when will the day come when dekhan darshan tera, when I experience you. Mere mere pritma jiyo, oh my beloved, meet with me, tod bin khari nimani, akhaan live without me. Pehli bakshish, kyunki samay de naal chalna hai, main ਚਾਰ ਹੋਰ ਬਖਸ਼ਾਂ ਆਪ ਜੀ ਦੇ ਸਾਹਮਣੇ ਰੱਖਣੀਆਂ ਚਾਹੁੰਦਾ ਹਾਂ ਅੱਜ। ਆਈ ਵਾਂਟ ਟੂ ਪੁੱਟ ਦ ਰੈਸਟ ਬਿਫੋਰ ਯੂ ਟੂਡੇ, ਆਈ ਡੋਨਟ ਵਾਂਟ ਟੂ ਲੀਵ ਯੂ ਔਨ ਅ ਕਲਿਫ ਹੈਂਗਰ ਟੂਡੇ, ਆਈ ਹੈਵ ਲੈਫਟ ਐਵਰੀ ਡੇ ਔਨ ਅ ਕਲਿਫ ਹੈਂਗਰ ਸੇਇੰਗ ਟੂ ਬੀ ਕੰਟੀਨਿਊ ਡੌਟ ਡੌਟ ਡੌਟ, ਪਰ ਅੱਜ ਮੈਂ ਚਾਹੁੰਦਾ ਹਾਂ ਕਿ ਚਾਰ ਬਖਸ਼ਾਂ ਜਿਹੜੀਆਂ ਉਹ ਪੂਰੀਆਂ ਕਰਕੇ ਅਤੇ ਆਪਾਂ ਇਸ ਸਥਾਨ ਤੋਂ ਆਪ ਜੀ ਦੀ ਖੁਸ਼ੀਆਂ ਲਈਏ। ਪਹਿਲੀ ਬਖਸ਼ਿਸ਼ ਕਹਿ ਲਿਓ, ਜੀਵ ਇਸਤਰੀ ਜਦੋਂ ਪਰਮੇਸ਼ੁਰ ਉੱਤੇ ਆਸ ਰੱਖਦੀ ਹੈ ਨਾ, ਜਦੋਂ ਬੰਦਾ ਪਰਮੇਸ਼ੁਰ ਉੱਤੇ ਆਸ ਰੱਖਦਾ, ਗੁਰੂ ਗ੍ਰੰਥ ਸਾਹਿਬ ਉੱਤੇ ਫਿਰ ਕਿਸੇ ਹੋਰ ਮੰਨ ਨਹੀਂ। ਕਿਸੇ ਕੋਈ ਕੋਏ ਮਨ ਨਿਮਾਣੀ ਇੱਕ ਤੂੰ, ਫਿਰ ਉਹ ਕਹਿੰਦਾ ਮੇਰੇ ਸਾਹਿਬ ਤੂੰ ਮੈਂ ਮਨ ਨਿਮਾਣੀ, ਅਰਦਾਸ ਕਰੀ ਪ੍ਰਭ ਆਪਣੇ ਆਪੇ, ਸੁਣ ਸੁਣ ਜੀਵਾ ਤੇਰੀ ਬਾਣੀ, ਤੁਝ ਮੇਰੇ ਕਵਨ ਹਮਾਰਾ, ਮੇਰੇ ਪ੍ਰੀਤਮ ਪ੍ਰਾਣ ਅਦਾਰਾ, ਫਿਰ ਕਿਸੇ ਦੀ ਆਸ ਨਹੀਂ ਤੱਕਦਾ। ਦਾ ਇਸਤਰੀ ਦਾ ਹਿਊਮਨ ਬੀਂਗ, ਥਿੰਕ ਅਬਾਊਟ ਇਟ, ਹਾਊ ਮੈਨੀ ਡਿਜ਼ਾਇਰਸ, ਹਾਊ ਮੈਨੀ ਹੋਪਸ ਡੂ ਵੀ ਹੈਵ ਇਨ ਦ ਵਰਲਡ। Let's look inside ourselves. The day you desire to meet God, all of those hopes will go. Your only hope will be on Guru Granth Sahib. Panth nehare kamani, dusri bakshish. Lochan pari, lochan de matlab ne akhaan. Te pari de matlab maine ke vairag de hanjuan naal bhariyan hoiyan. Pyareo, pehli bakshish eh hai ke akhaan kise hor de raste wal nahi takdiyan, ਕਿਸੇ ਹੋਰ ਦੀ ਆਸ ਨਹੀਂ ਰੱਖਦੀਆਂ, ਤੇ ਦੂਸਰੀ ਬਖਸ਼ਿਸ਼ ਹੈ ਪਿਆਰਿਓ, ਇਹਨਾਂ ਅੱਖਾਂ ਦੇ ਵਿੱਚ ਵਿਰਾਗ ਦੇ ਹੰਝੂ ਭਰ ਜਾਂਦੇ।
ਜਿਹੜਾ ਪਰਮੇਸ਼ਰ ਦੀ ਆਸ ਤੇ ਜੀਵਦਾ ਹੈ। ਤੇ ਮੈਂ ਬੇਨਤੀ ਕਰਾਂ, ਆਪਣੇ ਮਨ ਨੂੰ ਨਾ ਲਾਇਓ, ਮੇਰੀ ਇੱਕ ਬੇਨਤੀ ਸੁਣ ਲਿਓ ਥੋੜੀ ਟਿਕ ਕੇ। ਕੋਈ ਸੰਸਾਰ, ਕੋਈ ਸਾਡੇ ਪਰਿਵਾਰ ਦੇ ਵਿੱਚ ਇੱਕ ਮੈਂਬਰ ਚੜ੍ਹਾਈ ਕਰ ਜਾਂਦਾ ਨਾ, ਥੋੜੀ ਇਕਾਗਰਤਾ ਨਾ ਸੁਣਿਓ। ਇੱਕ ਮੈਂਬਰ ਚੜ੍ਹਾਈ ਕਰ ਜਾਂਦਾ ਨਾ ਪਰਿਵਾਰ ਦੇ ਵਿੱਚੋਂ, ਤੇ ਦਸ ਦਸ ਸਾਲ, ਵੀਹ ਸਾਲ ਸਾਡੇ ਰੋਣੇ ਮੁੱਕਦੇ। ਸੱਚੀ ਗੱਲ ਹੈ ਨਾ, ਸਾਡੇ ਘਰਾਂ ਦੇ ਵਿੱਚ ਬੀਤੀ, ਖੁਦ ਮੈਂ ਆਪਣੀ ਗੱਲ ਕਰ ਰਿਹਾ ਕਿ ਅਸੀਂ ਉਹਨਾਂ ਨੂੰ ਯਾਦ ਕਰਕੇ ਰੋਂਦੇ ਹਾਂ ਕਿ ਉਹ ਵਿਛੋੜਾ ਆ। ਹੇ ਮਨੁੱਖ, ਜਿਹਦੇ ਤੋਂ ਤੂੰ ਜਨਮਾਂ ਜਨਮਾਂ ਦਾ ਵਿਛੜਿਆ ਹੋਇਆ, ਉਹਦੇ ਵਾਸਤੇ ਕਦੋਂ ਹੋਵੇਗਾ? ਦਸ ਸਾਲ ਦਾ ਵਿਛੋੜਾ ਪੈ ਨਾ ਕਿਸੇ ਤੋਂ, ਪੰਜ ਸਾਲ ਦਾ ਪਏ ਸਾਡੇ ਘਰ ਦੇ ਅੰਦਰ, ਖੁਦ ਇੱਕ ਸਾਰਿਆਂ ਦੇ ਘਰਾਂ ਦੇ ਅੰਦਰ ਮੌਤ ਆਈ ਹੈ। ਇਹੋ ਜਿਹਾ ਕਿਹੜਾ ਘਰ ਆ ਜਿਹਦੇ ਅੰਦਰ ਮੌਤ ਨਹੀਂ ਹੈ? ਖੈਰ ਪ੍ਰਕਰਨ ਨਹੀਂ, ਪਰ ਪਿਆਰੇ ਅਸੀਂ ਕੀ ਕਰਦੇ ਹਾਂ, ਦਸ ਦਸ ਸਾਲ, ਵੀਹ ਸਾਲ ਉਮਰਾਂ ਲੰਘ ਜਾਂਦੀਆਂ, ਗਿਆ ਨੂੰ ਅਸੀਂ ਰੋਈ ਜਾਂਦੇ ਹਾਂ। ਉਹ ਸਿੱਖਾ ਜਿਹਦੇ ਤੋਂ ਜਨਮ ਜਨਮ ਹੋਏ, ਕਰੋੜਾਂ ਲੱਖਾਂ ਜਨਮ ਹੋਏ ਵਿਛੜੇ, ਉਹਨੂੰ ਯਾਦ ਕਰਕੇ ਕਦੋਂ ਤੇਰੀ ਅੱਖਾਂ ਹੰਝੂ ਨਾ ਭਰਨਗੇ। ਇਨ ਆਰ ਹਾਊਸਿਸ ਵਨ ਸਮਨ ਡਾਈਜ਼, ਵੀ ਰਿਮੈਂਬਰ ਦੈਮ ਵੀ ਕ੍ਰਾਈ 10 ਇਅਰਸ, 20 ਇਅਰਸ, 30 ਇਅਰਸ, ਵੀ ਕੀਪ ਕ੍ਰਾਈਂਗ ਫਾਰ ਦੈਮ। ਵਾਈ? ਬਿਕਾਜ਼ ਵੀ ਆਰ ਸੈਪਰੇਟਡ। ਯੂ ਹੈਵ ਬੀਨ ਸੈਪਰੇਟਡ ਫਰਮ ਗੋਡ ਫਾਰ ਮਿਲੀਅਨਸ ਆਫ ਲਾਈਫ ਟਾਈਮਸ, ਫਾਰ ਕਾਉਂਟਲੈਸ ਲਾਈਫ ਟਾਈਮਸ। ਵਨ ਵੀ ਯੂ ਕ੍ਰਾਈ ਇਨ ਗੋਡਸ ਲਵ? ਤੇ ਮੈਂ ਬੇਨਤੀ ਕਰਾਂ ਪਿਆਰਿਓ, ਸੰਸਾਰ ਦੇ ਅੰਦਰ ਪਹਿਲਾ ਮਿਲਾਪ ਹੁੰਦਾ ਆ, ਪਹਿਲਾਂ ਅਸੀਂ ਕਿਸੇ ਨੂੰ ਮਿਲਦੇ ਹਾਂ, ਫਿਰ ਇੱਕ ਦਿਨ ਸਦਾ ਵਾਸਤੇ ਵਿਛੋੜਾ ਪੈ ਜਾਂਦਾ ਆ। ਗੁਰੂ ਨਾਨਕ ਦੇ ਘਰ ਦੇ ਅੰਦਰ ਜਿਹਨੂੰ ਅੰਦਰ ਵਿਛੋੜਾ ਮਹਿਸੂਸ ਹੋ ਜਾਂਦਾ ਆ ਪਿਆਰਿਓ, ਇੱਕ ਦਿਨ ਉਹਦਾ ਗੁਰੂ ਨਾਨਕ ਪਾਤਸ਼ਾਹ ਨਾਲ ਮਿਲਾਪ ਹੋ ਜਾਂਦਾ ਆ। ਇੱਕ ਵਾਰੀ ਜਿਹੜਾ ਗੁਰੂ ਨਾਲ ਮਿਲ ਜਾਏ, ਉਹ ਫਿਰ ਕਦੇ ਵਿਛੜਦਾ ਨਹੀਂ। ਲੁੱਕ ਐਟ ਦ ਵਰਲਡ, ਫਸਟ ਯੂ ਨੀਡ ਸਮਵਨ, ਦੈਨ ਯੂ ਸੈਪਰੇਟ, ਐਂਡ ਯੂ ਸੈਪਰੇਟ ਫੋਰਐਵਰ, ਡੈਥ ਸੈਪਰੇਟਸ ਅਸ ਫੋਰਐਵਰ। But in the house of Guru Nanak, when you stop feeling separated from God, one day you will be united with God, and you will be united so much that you will never be able to be separated from Him again. Look at the difference between samsara and nirankar, the difference between God and this world which is made. Lochan Pari Pyaaryo Tan Guru Nanak Sahib Kehde Nanak Runna Baba Jani Hai Je Rovai Lai Kya. ਤੂੰ ਕਦੇ ਪਰਮੇਸ਼ਰ ਦੇ ਪਿਆਰ ਦੇ ਵਿੱਚ ਇਹ ਕਹਿ ਜੂ ਕੇ ਨਾ ਕ੍ਰਾਈ ਫਰ ਦ ਵਨ ਯੂ ਸੈਪਰੇਟ ਫਰੋਮ ਫਰ ਮੈਨੀ ਲਾਈਫ ਟਾਈਮਸ? ਕਦੇ ਅੰਦਰੋਂ ਅਰਦਾਸ ਕਰ, ਬਹੁਤ ਜਨਮ ਵਿਛੜੇ ਤੇ ਮਾਧੋ, ਇਹ ਜਨਮ ਤੁਹਾਰੇ ਲਿਖੇ। ਮੇਰੇ ਗੁਰੂ ਰਾਮਦਾਸ ਮਹਾਰਾਜ ਉਹਨਾਂ ਬਾਰੇ ਇਤਿਹਾਸ ਦੇ ਅੰਦਰ ਲਿਖਿਆ ਕਿ ਸੱਚੇ ਪਾਤਸ਼ਾਹ ਦੀ ਅੱਖਾਂ ਦੇ ਵਿੱਚੋਂ ਵਿਰਾਗ ਦਾ ਜਲ ਵਹਿੰਦਾ ਰਹਿੰਦਾ ਸੀ। ਇਨ ਦ ਹਿਸਟੋਰੀਕਲ ਬੁੱਕਸ ਇਟ ਸੇਜ਼ ਗੁਰੂ ਰਾਮਦਾਸ ਇਜ਼ ਆਈਜ਼ were always full with tears of love of God. ਤੇ ਇੱਕ ਦਿਨ ਆ ਕੇ ਜੇ ਅਸੀਂ ਪੁੱਛੀਏ ਗੁਰੂ ਰਾਮਦਾਸ ਮਹਾਰਾਜ, ਆਪ ਦੀਆਂ ਅੱਖਾਂ ਦੇ ਅੰਦਰ ਜਲ ਹੈ, ਆਪ ਦੀਆਂ ਅੱਖਾਂ ਦੇ ਅੰਦਰ ਨੀਰ ਹੈ, ਆਪ ਦੀਆਂ ਅੱਖਾਂ ਦੇ ਵਿੱਚੋਂ ਪਾਣੀ ਵਗ ਰਿਹਾ ਹੈ, ਮੇਰੇ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨਹੀਂ ਸਿੱਖਾ, ਇਹ ਜਲ ਨਹੀਂ, ਇਹ ਪਾਣੀ ਨਹੀਂ, ਇਹ ਨੀਰ ਨਹੀਂ, ਇੱਕ ਇੱਕ ਹੰਝੂ ਜਿਹੜਾ ਪਰਮੇਸ਼ਰ ਦੀ ਯਾਦ ਦੇ ਵਿੱਚ ਦਿੰਦਾ ਆ। ਮੇਰੇ ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਅੰਮ੍ਰਿਤ ਦੇ ਤੁਪਕੇ ਨੇ, ਹਰ ਅੰਮ੍ਰਿਤ ਭਿੰਨੇ ਲੋਇਣਾ, ਮਨ ਪ੍ਰੇਮ ਰਤਨਾ ਰਾਮ ਰਾਜੇ। ਗੁਰਬਾਣੀ ਤੋਂ ਬਾਹਰ ਕਰਕੇ ਹਰ ਅੰਮ੍ਰਿਤ ਭਿੰਨੇ। ਯੂ ਆਸ ਗੁਰੂ ਰਾਮਦਾਸ ਮਹਾਰਾਜ, ਯੂ ਸੇ ਗੁਰੂ ਜੀ, ਇਜ਼ ਇਟ ਵਾਟਰ ਕਮਿੰਗ ਡਾਊਨ ਫਰਮ ਯੋਰ ਆਈਜ਼? ਬਿਕਾਜ਼ ਟੀਅਰਸ ਆਲਵੇਜ਼ ਰਨ ਡਾਊਨ। ਇਜ਼ ਇਟ ਵਾਟਰ, ਇਜ਼ ਇਟ ਟੀਅਰਸ? ਧੰਨ ਗੁਰੂ ਰਾਮਦਾਸ ਮਹਾਰਾਜ ਸੇ ਹਰ ਅੰਮ੍ਰਿਤ ਭਿੰਨੇ ਲੋਇਣਾ, ਈਚ ਵਨ ਆਫ ਥੀਸ ਟੀਅਰਸ ਵਿਚ ਆਰ ਸ਼ੇਅਰਡ ਇਨ ਦ ਲਵ ਆਫ ਗੋਡ, when you cry for the world, those tears cannot do anything. When you cry in the love of God, one tear can wash away millions of your sins. Pyaro duniya waste roange te pyaro aakhir kar ro ro ke kujh nahi banda, jadon parmeshwar di yaad de vich ek hanju kirda na te karoda paap nasht ho jande, many sins are washed away when you cry for God. Panch nihar hai kamni lochan bhari te teesri bakhshish le o sansa. The first you get, the gift you get, is that you only look at God's path. The second gift you get is that your eyes are full with tears of love. And the third gift you get is lay usasa. Pehli bakshish, parmeshwar de raste ko bina kisi hor da rasta nahi takdi. Dusri bakshish pyaryo, ke oh jeev roop istri diyan akhan de vich amrit roopi vairag da jal vagda aya. Te teesri bakshish pyaryo, lay usasa. Usasa de arth mein thande lambe saah. ਮੈਂ ਬੇਨਤੀ ਕਰਾਂ ਕਿ ਜਿਹੜਾ ਪਰਮੇਸ਼ਰ ਦੀ ਯਾਦ ਦੇ ਵਿੱਚ ਜੀਵਦਾ ਨਾ, ਪਰਮੇਸ਼ਰ ਦੀ ਆਸ ਦੇ ਵਿੱਚ, ਉਹਦੇ ਇੱਕ ਇੱਕ ਸਾਹ ਦੇ ਵਿੱਚ ਠੰਡ ਜਿਹੜੀ ਹੈ, ਉਹਦੇ ਇੱਕ ਇੱਕ ਸਾਹ ਦੇ ਵਿੱਚ ਮਹਿਕ ਜਿਹੜੀ ਹੈ, ਉਹਦੇ ਇੱਕ ਇੱਕ ਸਾਹ ਦੇ ਵਿੱਚ ਸੁਗੰਧੀ ਫੈਲਦਾ। ਮੇਰੇ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ
ਹੋ ਵਾਰੀ ਘੁੰਮਾ ਜਾਵਦਾ ਇੱਕ ਸਾਹਾ ਤੁਧ ਧਿਆਏਂਦਾ ਉਜੜ ਤਿਓ ਵਸਾਇਓ ਹੋ ਤੁਝ ਵਿਟੋਂ ਕੁਰਬਾਨ ਜੀਓ ਹੋ ਵਾਰੀ ਘੁੰਮਾ ਜਾਵਦਾ ਸੱਚੇ ਪਾਤਸ਼ਾਹ ਮੈਂ ਵਾਰੀ ਜਾਵਾਂ ਤੇਰੇ ਤੋਂ ਗਰੀਬ ਨਿਵਾਜ ਇੱਕ ਸਾਹਾ ਤੁਧ ਧਿਆਏਂਦਾ ਤੇਰੇ ਅੱਖ ਨੇ ਇੱਕ ਇੱਕ ਸਾਹ ਦੇ ਅੰਦਰ ਪਰਮੇਸ਼ਰ ਦੀ ਯਾਦ ਵਸ ਜਾਂਦੀ ਹੈ ਸੱਚੀ ਗੱਲ ਹੈ ਕਹਿ ਰਹੇ ਹੋ ਜਦੋਂ ਦੁਨੀਆ ਦੀ ਆਸ ਨੂੰ ਤਿਆਗ ਕੇ ਬੰਦਾ ਪਰਮੇਸ਼ਰ ਦੀ ਆਸ ਵਿੱਚ ਨਹੀਂ ਮਾਇਆ ਉਹਦੇ ਇੱਕ ਇੱਕ ਸਾਹ ਦੇ ਵਿੱਚ ਗੁਰੂ ਗੁਰੂ ਦੀਆਂ ਧੁਨੀਆਂ ਵਸ ਜਾਂਦੀਆਂ ਇੱਕ ਇੱਕ ਸਾਹ ਦੇ ਵਿੱਚ ਠੰਡ ਫੈਲ ਜਾਂਦੀ ਦਮ ਦਮ ਸਦਾ ਸੰਭਾਲਦਾ ਦਮ ਨਾ ਬਿਰਥਾ ਜਾਏ ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ ਧੰਨ ਸੇ ਸਹੀ ਨਾਨਕਾ ਪੂਰਨ ਸੋਈ ਸੰਤ ਲੇ ਉਸਾਸਾ ਉਸਾਸਾ ਮੀਨਸ ਲੋਂਗ ਕੂਲ ਬ੍ਰੈਥ ਹੋ ਵਾਰੀ ਘੁੰਮਾ ਜਾਵਦਾ ਵੈਨ ਯੂ ਫਾਲ ਇਨ ਲਵ ਵਿਦ ਗੋਡ ਵੈਨ ਯੂ ਲਿਵ ਯੋਰ ਲਾਈਫ ਇਨ ਗੋਡਸ ਲਵ ਵਾਟ ਹੈਪਨਸ ਫਰਸਟ ਯੂ ਡੋਨਟ ਲੁੱਕ ਐਟ ਐਨੀਵਨ ਐਲਸਿਸ ਰਸਤਾ ਐਨੀਵਨ ਐਲਸਿਸ ਪਾਥ secondly your eyes get full of God's love tears and the third thing each one of your breaths you remember God with each one of your breaths is full of the fragrance of God each one of your breaths is full of the fragrance the love and the coolness of God's love how wari ko ma jaana ek saath utte aenda each one of my breaths is full of your love each one of my breaths is full of your coolness your fragrance ਇੱਕ ਵਾਰੀ ਇੱਕ ਸੂਫੀ ਫਕੀਰ ਸੀ ਥੋੜ੍ਹਾ ਜਿਹਾ ਕੇਵਲ ਇੱਕ ਜਿਹੜੀ ਮੈਂ ਉਦਾਹਰਣ ਦੇਣੀ ਚਾਹੁੰਦਾ ਬਾਰੋ ਬਾਕੀ ਗੁਰਬਾਣੀ ਦੀ ਵਿਚਾਰ ਉਹਨਾਂ ਦਾ ਨਾਂ ਸੀ ਬਯਾਜ਼ਿਦ ਮਿਸ਼ਰੀ ਅਤੇ ਕਹਿ ਰਹੇ ਉਹ ਇੱਕ ਵਾਰੀ ਅੰਮ੍ਰਿਤ ਵੇਲੇ ਬੈਠੇ ਆ ਫਜ਼ਰ ਦੇ ਵਕਤ ਬੈਠੇ ਕਿਉਂਕਿ ਮੁਸਲਮਾਨ ਵੀ ਫਜ਼ਰ ਕਹਿੰਦੇ ਆ ਅਤੇ ਉਹ ਜ਼ਿਕਰ ਕਰਦੇ ਆ ਜ਼ਿਕਰ ਦੇ ਅਰਥ ਨੇ ਜਿਵੇਂ ਅਸੀਂ ਵਾਹਿਗੁਰੂ ਵਾਹਿਗੁਰੂ ਜਪਦੇ ਹਾਂ ਸੂਫੀ ਫਕੀਰ ਅੱਲਾਹ ਨੂੰ ਜਪਦੇ ਆ ਉਹ ਜਦੋਂ ਜ਼ਿਕਰ ਦੇ ਵਿੱਚ ਬੈਠੇ ਆ ਅਤੇ ਆਪਣੀ ਰਸਨਾ ਦੇ ਨਾਲ ਅੱਲਾਹ ਅੱਲਾਹ ਵਾਰ ਵਾਰ ਗਾ ਰਹੇ ਲੰਬੇ ਲੰਬੇ ਸਾਹ ਇੱਕ ਇੱਕ ਸਾਹ ਦੇ ਅੰਦਰ ਮੈਂ ਕਿਹਾ ਅਤੇ ਆ ਕੇ ਮੁਰੀਦਾਂ ਨੇ ਬੇਨਤੀ ਕੀਤੀ ਬਾਬਾ ਜੀ ਜੇ ਅਸੀਂ ਤੁਹਾਡਾ ਇੱਕ ਸਾਹ ਖਰੀਦਣ ਵਾਸਤੇ ਨਾ ਸਾਰੀ ਇਸ ਦੁਨੀਆ ਦੀ ਧਨ ਸੰਪਤੀ ਸਾਰੀ ਇਸ ਦੁਨੀਆ ਦਾ ਰਾਜ ਤੁਹਾਨੂੰ ਦੇ ਰਹੀ ਹੈ ਨਾ ਤਾਂ ਤੁਸੀਂ ਸਾਨੂੰ ਇੱਕ ਤੁਹਾਡਾ ਸਾਹ ਦੇ ਸਕਦੇ ਜਿਹੜਾ ਅੰਮ੍ਰਿਤ ਵੇਲੇ ਤੁਸੀਂ ਪਰਮੇਸ਼ਰ ਦੀ ਯਾਦ 'ਚ ਰਹਿੰਦੇ ਹੋ ਬਯਾਜ਼ਿਦ ਦੀਆਂ ਅੱਖਾਂ ਭਰ ਗਈਆਂ ਕਹਿੰਦਾ ਮੁਰੀਦੋ ਜੇ ਮੈਨੂੰ ਤਿੰਨਾਂ ਲੋਕਾਂ 14 ਭਵਨਾਂ ਦਾ ਰਾਜ ਮਿਲ ਜਾਏ ਪਾਤਾਲਾਂ ਪਾਤਾਲ ਲੱਤ ਆਕਾਸਾਂ ਆਕਾਸ ਦੀ ਸੰਪਤੀ ਮਿਲ ਜਾਏ ਜੇ ਮੈਨੂੰ ਕੁੱਲ ਆਲਮ ਜੋ ਵੀ ਪਰਮੇਸ਼ਰ ਨੇ ਬਣਾਇਆ ਉਹ ਸਭ ਚੀਜ਼ਾਂ ਦਾ ਰਾਜ ਮਿਲ ਜਾਏ ਸਭ ਚੀਜ਼ਾਂ ਮੇਰੇ ਕੋਲ ਆ ਜਾਣ ਮੈਂ ਤਾਂ ਵੀ ਇੱਕ ਸਾਹ ਦੀ ਕੀਮਤ ਚੁਕਾ ਨਹੀਂ ਸਕਦਾ ਜਿਹੜਾ ਮੇਰੇ ਪਰਮੇਸ਼ਰ ਦੀ ਯਾਦ ਦੇ ਵਿੱਚ ਸਾਹ ਵਧੀ ਦਿੰਦਾ ਸਾਹ ਇੱਕ ਇੱਕ ਕੀਮਤੀ ਆ ਪਿਆਰਿਓ ਪਰ ਕੀਮਤ ਦਾ ਉਹਨਾਂ ਨੂੰ ਪਤਾ ਲੱਗਦਾ ਆ ਜਿਹੜੇ ਪਰਮੇਸ਼ਰ ਦੀ ਆਸ ਤੇ ਜੀ Each one of your breaths is full, is a diamond. Bayazid Vishnami, he's a Sufi Muslim fakir. When he gets up in the morning, he remembers God. Te main ek benti kara mera samaan jehda aya oh ho gaya. Par ja do raste aa. Do raste eh aa ke main vich hi prakaran chhad ke tin cheezan tuhanu suna ke te jadon rab meher karaye te pher aake dujiyan do gallan tuhanu sunaa. ਅਤੇ ਜਾਂ ਦੂਜਾ ਰਸਤਾ ਇਹ ਆ ਕਿ ਤਿੰਨ ਕੁ ਮਿੰਟ ਆਪਾਂ ਟਿਕਾ ਲੈਣੀਏ ਅਤੇ ਮੈਂ ਦੋ ਚੀਜ਼ਾਂ ਤੁਹਾਨੂੰ ਸੁਣਾ ਦਵਾਂ ਹੱਲੇ ਦੇ ਨਾਲ ਛੇਤੀ ਛੇਤੀ ਕਰਕੇ ਅਤੇ ਮੇਰਾ ਖਿਆਲ ਹੈ ਕਿ ਆਪਾਂ ਦੋ ਚੀਜ਼ਾਂ ਤੁਹਾਨੂੰ ਸੁਣਾ ਕੇ ਚਲੀਏ ਆਹ ਰਸਤਾ ਮੈਨੂੰ ਭਾਵੇਂ ਲੱਗਦਾ ਠੀਕ ਲੱਗਦਾ ਬਾਕੀ ਜਿਵੇਂ ਗੁਰੂ ਕੀ ਸੰਗਤ ਦੀ ਬਾਅਦ ਵਿੱਚ ਮਰਜ਼ੀ ਹੋਵੇ ਮੈਂ ਮਾਫ਼ੀ ਮੰਗਾਂਗਾ ਪਰ ਮੈਂ ਦੋ ਚੀਜ਼ਾਂ ਚਾਹੁੰਦਾ ਕਿ ਤੁਹਾਨੂੰ ਸੁਣਾ ਕੇ ਅਤੇ ਤੁਰ ਜਾਓ ਚਲੋ ਠੀਕ ਹੈ ਮੈਂ ਦੋ ਕੁ ਮਿੰਟ ਕੇਵਲ ਚਾਰ ਪੰਜ ਮਿੰਟਾਂ ਦੇ ਵਿੱਚ ਇਹ ਸਮਾਪਤੀ ਕਰਾਂ Just to, I could either leave hanging, what are the other two, or I could tell you today. So I'm going to take just two or three, I'm going to try and finish by five past if I can. Bayazid Vishnami is a Sufi Fakir, when he gets up in the morning, he's sitting there meditating. When he's meditating, like we say, Vaheguru, Vaheguru, Sufi say, Allahu, Allahu, again and again. Some of his servants, they come and they say, Baba Ji, Peer Ji, if we were to give you everything in this world, Could you give us one breath which is taken in the love of God? He said, if you give me everything in the universe, if you give me everything that God has created, if you make me the emperor of everything that God has made from the beginning of time till now, I can't even give you the price of one breath even then. Each one of your breath is a diamond. Each one of your breath should be full of the love of God, full of the name of God.
but only those people realize this who live with the hope of God in their hearts. Har darshan ki aasa. Pyare jinnah de andar aasa jaagdi hai, ek ek saah de andar thand, ek ek saah de andar mat reh jaandi hai. Kevl do jehdiyan nishaniyan reh gaiyan, te dooji jehdi chauthi nishani eh hai pyare ur na peejai. ਉਰ ਦੇ ਅਰਥ ਨੇ ਹਿਰਦਾ, ਭੀਜੇ ਦੇ ਅਰਥ ਨੇ ਭਤੀਜ ਦਾ। ਪਿਆਰਿਓ ਜਿਹਦੇ ਅੰਦਰ ਪਰਮੇਸ਼ਰ ਦੀ ਆਸ ਜਾਗਦੀ ਆ ਨਾ, ਉਹਦਾ ਹਿਰਦਾ ਦੁਨੀਆਂ ਦੀਆਂ ਵਸਤੂਆਂ ਤੇ ਨਹੀਂ ਭਤੀਜਦਾ। ਉਹ ਕਹਿੰਦਾ ਮੈਨੂੰ ਕੇਵਲ ਮੇਰੇ ਪਿਆਰੇ ਦੀ ਯਾਦ ਚਾਹੀਦੀ ਆ, ਕੇਵਲ ਮੇਰਾ ਪਿਆਰਾ ਚਾਹੀਦਾ ਆ। ਬਾਬਾ ਫਤਿਹ ਸਿੰਘ ਜੀ 7 ਸਾਲ ਦੇ ਨੇ, ਵਜੀਦਾ ਕਹਿ ਰਿਹਾ ਆ ਕਿ ਧੀਆਂ ਦੇ ਡੋਲੇ ਤੇ ਆਂਗੇ, ਤੁਹਾਨੂੰ ਰਾਜ ਗੱਡੀਆਂ ਦੇਵਾਂਗੇ, ਸੋਨਾ ਹੀਰੇ ਮੋਤੀ ਜਮਾ ਰਾਤ ਦੇਵਾਂਗੇ। ਬਾਬਾ ਫਤਿਹ ਸਿੰਘ ਜੀ ਗੱਜ ਕੇ ਕਹਿੰਦੇ ਨੇ, ਉਹ ਆ ਪ੍ਰੇਮ ਪਿਰੀ ਕਣਕ ਮਾਨਕ ਗੱਜ ਮੋਤੀ ਲਾਲਨ ਨਹਿ ਨਾ ਨਹੀਂ ਰਾਜ ਨਾ ਭਾਗ ਨਾ ਹੁਕਮ ਨਾ ਸਾਧਨਾ ਕਿਚ ਕਿਚ ਨਾ ਚਾਹੀ ਚਰਨ ਸ਼ਬਦ ਸੰਤਨ ਬੰਧਨ ਸੁਖੋ ਸੁਖ ਪਾਹੀ ਨਾਨਕ ਤਖਤ ਹਰੀ ਮਿਲੇ ਪ੍ਰੇਮ ਪਿਰੀ ਨਾਨਕ ਤਖਤ ਹਰੀ। ਫਿਰ ਆ ਗਈ ਨਾ ਤਖਤ ਦੀ ਗੱਲ। ਬਾਬਾ ਫਤਿਹ ਸਿੰਘ ਜੀ ਕਹਿੰਦੇ ਮੇਰੇ ਅੰਦਰ ਆਸਾ ਜਾਗੀ ਹੈ ਕਲ ਦੀ ਧਰ ਦੀ, ਮੈਨੂੰ ਤੁਹਾਡੇ ਧੀਆਂ ਦੇ ਡੋਲੇ ਨਹੀਂ ਚਾਹੀਦੇ, ਮੈਨੂੰ ਸੋਨਾ ਨਹੀਂ ਚਾਹੀਦਾ, ਮੈਨੂੰ ਹੀਰੇ ਨਹੀਂ ਚਾਹੀਦੇ, ਮੈਨੂੰ ਨਵਾਬੀਆਂ ਨਹੀਂ ਚਾਹੀਦੀਆਂ, ਮੈਨੂੰ ਕੇਵਲ ਗੁਰੂ ਗੋਬਿੰਦ ਸਿੰਘ ਦਾ ਪਿਆਰ ਚਾਹੀਦਾ। ਵੀਰੋ ਸਾਡੇ ਦਿਲ ਦੇ ਅੰਦਰ ਕਦੋਂ ਇਹ ਸਿੱਖ ਜਾਗੇਗੀ ਬਤਾਵੋ? ਅਸੀਂ ਕਦੋਂ ਆਖਾਂਗੇ ਸਾਨੂੰ ਦੁਨੀਆਂ ਦੀ ਲੋੜ ਨਹੀਂ, ਸਾਨੂੰ ਕਲਗੀਆਂ ਵਾਲੇ ਦੀ ਲੋੜ ਹੈ? ਵੈਨ ਵਿਲ ਦੈਟ ਕਮ ਇਨ ਆਵਰ ਹਾਰਟਸ? ਔਰ ਨਾ ਪੀਜੈ, ਉਹਦਾ ਦਿਲ ਕਿਸੇ ਹੋਰ ਉੱਤੇ ਭਤੀਜਦਾ ਨਹੀਂ। ਦ ਪਰਸਨ ਹੂ ਫਾਲਸ ਇਨ ਲਵ ਵਿਦ ਗੋਡ ਹੂ ਲਿਵਸ ਔਨ ਗੋਡਸ ਹੁੱਕ, ਦ ਫੋਰ ਥਿੰਗ ਦੈਟ ਦੇ ਗੈਟ, ਲੈਟਸ ਲਿਸਨ ਕੇਅਰਫੁਲੀ। Or means your heart not be dead means to not be satisfied by it. Baba Fateh Singh, 7 years old, is sitting inside, is being tortured by the Mughals. And they're saying, we'll give you anything. We'll give you money, we'll give you gold, we'll get you married to princesses, we'll give you kingdoms. But that 7-year-old says, I don't want anything, I want the love of Guru Gobind Singh. Or not be dead. Your heart doesn't want anything else apart from the love of your beloved. Te panjvi nishani pyareo. ਭੰਗ ਨਾ ਕਿਸੇ ਜਿਹਦੇ ਅੰਦਰ ਆਸਾ ਜਾਗਦੀ ਹੈ ਨਾ। ਅਸੀਂ ਕਈ ਵਾਰੀ ਕਹਿੰਦੇ ਹਾਂ ਉਹ ਜੀ ਫਲਾਨਾ ਤੁਰਿਆ ਸੀ ਅਤੇ ਬੈਠ ਗਿਆ, ਨਹੀਂ ਪਿਆਰਿਓ। ਜਿਹਦੇ ਅੰਦਰ ਆਸਾ ਜਾਗਦੀ ਹੈ ਨਾ, ਉਹ ਨਹੀਂ ਕਦੇ ਫਿਰ ਡਿੱਗਦਾ। ਡਿੱਗਿਆ ਨਾ ਡੋਲੈ, ਦ੍ਰਿੜ ਕਰ ਰਹੇ ਹੋ ਪੂਰਨ ਹੋਏ ਤ੍ਰਿਤਾਂ। ਵੈਨ ਯੂ ਹੈਵ ਦ ਆਸਾ, ਜਦੋਂ ਅੰਦਰ ਆਸ ਜਾਗਦੀ ਹੈ ਨਾ ਪਰਮੇਸ਼ੁਰ ਨੂੰ ਮਿਲਣ ਦੀ, ਫਿਰ ਸੱਚੀ ਗੱਲ ਹੈ ਪੱਗ ਨਾ ਕਿਸੇ। ਪੱਗ ਦੇ ਅਰਥ ਨੇ ਪੈਰ, ਪੈਰ ਉਹਦੇ ਰਸਤੇ ਤੋਂ ਖਿਸਕਦੇ ਨਹੀਂ। ਮੇਰੇ ਸਤਿਕਾਰਯੋਗ ਬਾਬਾ ਕਬੀਰ ਸਾਹਿਬ ਜੀ ਨੂੰ, ਭਗਤ ਕਬੀਰ ਸਾਹਿਬ ਜੀ ਨੂੰ ਹਾਥੀਆਂ ਦੇ ਮੋਹਰੇ ਬੰਨਿਆ ਗਿਆ। ਉਹ ਕਹਿੰਦੇ ਨੇ ਕਿਆ ਅਪਰਾਧ ਸੰਤ ਹੈ ਜੀਨਾ, ਉਹ ਕਹਿੰਦੇ ਨੇ ਮਨ ਨਾ ਡਿੱਗੇ, ਮੈਨੂੰ ਹਾਥੀ ਦੇ ਮੋਹਰੇ ਜਿੰਨਾ ਮਰਜ਼ੀ ਸੁੱਟੋ, ਭਾਵੇਂ ਗੰਗਾ ਦੀਆਂ ਲਹਿਰਾਂ ਸੁੱਟੋ, ਮੇਰਾ ਮਨ ਨਹੀਂ ਡੋਲਦਾ, ਮੇਰੇ ਅੰਦਰ ਪਰਮੇਸ਼ਰ ਦੇ ਮਿਲਣ ਦੀ ਆਸ ਆ। ਮਨ ਨਾ ਡਿੱਗੇ ਤਨ ਕਾਹੇ ਕੋ ਡਰਾਏ, ਚਰਨ ਕਮਲ ਚਿਤ ਰਹੇ ਉਸ ਮਾਏ, ਮੇਰਾ ਮਨ ਪਰਮੇਸ਼ਰ ਦੇ ਚਰਨਾਂ ਨਾਲ ਸਿਮਤਾ ਆ। ਸੱਚੀ ਗੱਲ ਹੈ ਪਿਆਰੇ, ਜਿਹਦਾ ਮਨ ਸਿਮਤਾ ਹੋਵੇ ਪਰਮੇਸ਼ਰ ਦੇ ਨਾਲ, ਫਿਰ ਉਹ ਸਰੀਰ ਕਰਕੇ ਵੀ ਡਰਦਾ, ਉਹਦੇ ਪੈਰ ਜਿਹੜੇ ਆ ਇਸ ਰਾਹ ਤੋਂ ਖਿਸਕਦੇ ਨਹੀਂ। ਪੱਗ ਮੀਨਸ ਫੀਟ, ਖਿਸਕ ਨਾ ਖਿਸੈ ਮੀਨਸ ਟੂ ਫਾਲ ਆਫ। ਵਾਂਸ ਯੂ ਫਾਲ ਇਨ ਲਵ ਵਿਦ ਗੋਡ, ਵਾਂਸ ਯੂ ਸਟਾਰਟ ਵਾਕਿੰਗ ਯੋਰ ਲਾਈਫ ਇਨ ਦਾ ਹੋਪ ਆਫ ਗੋਡ, ਯੋਰ ਫੀਟ ਕੈਨੋਟ ਬੀ ਟੇਕਨ ਆਫ ਦ ਪਾਥ। ਭਗਤ ਕਬੀਰ ਸਾਹਿਬ ਇਸ ਥਰੋਨ ਇਨ ਫਰੰਟ ਆਫ ਐਨ ਐਰੋਪਲੇਨ to be killed, and even then he says man na dikhe, my mind has a hope of God inside, tan kahe ko darae, you can't scare me, chandan kamal ch tarah us maaye. Baba Banda Singh ji Bahadur pyareo, 4 saal de bacche da dhadakda hoya dil baba ji de mukh de vich paya gaya, te baba ji phir vi kehnde mainu kal ki dhar di aas ya, mainu tuhade sansar wale di koi parwah nahi, mainu is raah to koi dula nahi sakda. Bibiyan de galan de vich haar paaye gaye bachiyan de, ਪਰ ਪਿਆਰਿਓ ਮਾਧੋ ਜਾ ਕੋ ਹੈ ਆਸ ਤੁਮਾਰੀ, ਤਾਂ ਕੋ ਕੱਚ ਨਹੀਂ ਸੰਸਾਰ। ਜਿਹਦੇ ਅੰਦਰ ਆਸ ਜਾਗਦੀ ਹੈ ਨਾ, ਉਹਦੇ ਪੈਰ ਇਸ ਰਸਤੇ ਤੋਂ ਖਿਸਕਦੇ ਨਹੀਂ। ਦਾ ਪਰਸਨ ਫੋਲਸ ਇਨ ਲਵ ਵਿਦ ਗੋਡ, ਹਿਸ ਫੀਟ ਡੋਨਟ ਲੀਵ ਫਰੋਮ ਦਿਸ ਪਾਥ। ਇਤਨੀਆਂ ਬੇਨਤੀਆਂ ਪਿਆਰਿਓ ਪ੍ਰਵਾਨ ਕਰਨੀਆਂ। ਜੇ ਕਿਤੇ ਸਾਡੇ ਹਿਰ ਦੇ ਅੰਦਰ ਵੀ ਪਰਮੇਸ਼ਰ ਦੀ ਆਸ ਜਗ ਜਾਏ ਨਾ ਨਿਰੰਕਾਰ ਦੀ, ਸੰਸਾਰ ਨੂੰ ਛੱਡ ਕੇ, ਤੇ ਪਿਆਰਿਓ ਫਿਰ ਇਹ ਬਖਸ਼ਾਂ ਇੱਕ ਦਿਨ ਸਾਡੀ ਝੋਲੀ 'ਚ ਵੀ ਪੈਣਗੇ। ਇਫ ਯੂ ਸਟਾਰਟ ਲਿਵਿੰਗ ਯੋਰ ਲਾਈਫ ਔਨ ਦਾ ਹੋਪ ਆਫ ਗੋਡ instead of the hope of the world, you will get these 5 bakshan. Kehdiyan bakshan? Panth nihare kamni, kevl rab de raah wal nu takkan, lochan bhari akhan de vich baraag da jal, le usasa ik ik saah de vich thand, ik ik saah de vich rab di main, aur na pijay sansar de utte sada dil patijega ni, kevl nirankar hi lodega,
ਪਗ ਨਾ ਕਿਸੇ ਪੈਰ ਇਸ ਰਸਤੇ ਤੋਂ ਖਿਸਕਣਗੇ ਨਹੀਂ। ਕਿਉਂ? ਹਰ ਦਰਸ਼ਨ ਕੀ ਆਸਾ, ਯੂ ਲੁੱਕ ਟੂ ਦ ਵੇ ਆਫ ਗੋਡ, ਯੂ ਨੋ ਯੋਰ ਲਾਈਫ ਫਸਟ ਥਿੰਗ, ਸੈਕੰਡਲੀ ਯੋਰ ਆਈਜ਼ ਵਿਲ ਬੀ ਫੁੱਲ ਆਫ ਦ ਟੇਸ ਆਫ ਗੋਡਸ ਲਵ, ਦ ਥਰਡ ਥਿੰਗ ਈਚ ਵਨ ਆਫ ਯੋਰ ਬ੍ਰੈਥ ਵਿਲ ਬੀ ਫੁੱਲ ਆਫ ਦ ਫ੍ਰੈਗਰੈਂਸ ਐਂਡ ਦ ਕੂਲਨੈਸ ਆਫ ਗੋਡਸ ਨੇਮ, ਦ ਫੋਰਥ ਥਿੰਗ ਯੋਰ ਹਾਰਟ ਵਿਲ ਨੋਟ ਡਿਜ਼ਾਇਰ ਦ ਪਲੇਜ਼ਰਸ ਆਫ ਦ ਵਰਲਡ, ਯੂ ਓਨਲੀ ਵਾਂਟ ਟੂ ਮੀਟ ਵਿਦ ਯੋਰ ਬਿਲਵਡ, ਐਂਡ ਦ ਫਿਫਥ ਥਿੰਗ ਯੋਰ ਫੀਟ ਵਿਲ ਨੈਵਰ ਲੀਵ ਹਿਸ ਪਾਥ। ਵਾਈ? ਬਿਕਾਜ਼ ਹਰ ਦਰਸ਼ਨ ਕੀ ਆਸਾ। ਪਿਆਰਿਓ, ਮੈਂ ਆਪਣੇ ਦਿੱਤੇ ਹੋਏ ਸਮੇਂ ਤੋਂ 7 ਮਿੰਟ ਬਾਅਦ ਲੈ ਗਿਆ ਅਤੇ ਮੈਂ ਮਾਫ਼ੀ ਮੰਗਦਾ ਹਾਂ ਸਾਰੀ ਸੰਗਤ ਤੋਂ, ਆਪ ਜੀ ਕੰਮਾਂ ਕਾਰਾਂ ਵਾਲੇ ਹੋ। I know that you are all very busy and have taken 7 minutes out of my time. Please forgive me. Is asthan de utte eh last divan si, this is the last divan and this is asthan. Main beenti karan pyareo, specially jehde naujawan hai, hath jod ke tuhade karna utte mera sehya jadon sangat vich aaiye na te jadon katha hove na, khaas karke english vich, kyunki tusi kehde sanu samajh nahi aundi ji, assi jande nahi gurdware, jadon katha vaach ke angrezi hoye te phir vi tusi aunde nahi, phir gurdware di gal thi, ਫਿਰ ਭਾਈ ਸਾਹਿਬ ਦੀ ਗਲਤੀ ਨਹੀਂ, ਫਿਰ ਗਲਤੀ ਆਪਣੀ ਆ। ਇਫ ਯੂ ਸੇ ਹਾਊ ਯੂ ਸੇ ਆਈ ਕਾਨਟ ਅੰਡਰਸਟੈਂਡ ਸੋ ਆਈ ਡੋਨਟ ਗੋ ਟੂ ਦ ਗੁਰਦੁਆਰਾ, ਐਂਡ ਦ ਭਾਈ ਸਾਹਿਬ ਕਮਸ ਫਰੋਮ ਇੰਗਲੈਂਡ, ਹੀ ਸਪੀਕਸ ਇੰਗਲਿਸ਼ ਫॉर 3 ਡੇਸ ਐਂਡ ਯੂ ਡੋਨਟ ਕਮ ਟੂ ਦ ਗੁਰਦੁਆਰਾ, ਦੈਨ ਦ ਫੌਲਟ ਇਜ਼ਨਟ ਵਿਦ ਦ ਭਾਈ ਸਾਹਿਬ ਵਿਦ ਦ ਗੁਰਦੁਆਰਾ, ਦ ਫੌਲਟ ਇਜ਼ ਵਿਦ ਅਸ। ਪਿਆਰਿਓ, ਮੈਂ ਇੱਕ ਹੋਰ ਬੇਨਤੀ ਨਾਲ ਕਰਦਾ, ਅੰਗਰੇਜ਼ੀ ਇਸ ਕਰਕੇ ਨਹੀਂ ਬੋਲੀ ਦੀ ਕਿ ਸਾਡੇ ਬੱਚਿਆਂ ਨੂੰ ਪੰਜਾਬੀ ਭੁੱਲ ਜਾਏ, ਅੰਗਰੇਜ਼ੀ ਇਸ ਕਰਕੇ ਬੋਲੀ ਦੇ ਕਿ ਇਹਨਾਂ ਦੇ ਹੱਥਾਂ ਦੇ ਵਿੱਚ ਵੀ ਜਪਜੀ ਸਾਹਿਬ ਦੇ ਗੁਰਕੇ ਆ। ਦੈਟਸ ਵਾਈ ਵੀ ਸਪੀਕ ਇੰਗਲਿਸ਼। ਅੰਦਰ ਸਿੱਖ ਜਾਵੇਗੀ ਅਤੇ ਆਪ ਬਾਣੀ ਪੜ੍ਹਨਗੇ। ਕੁੱਦਾਂ ਚੁੱਕਾਂ ਦੀ ਖੇਮਾ ਜੀ, ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਗੁਰੂ ਘਰ ਦੇ ਵਜ਼ੀਰ, ਗੁਰੂ ਘਰ ਦੇ ਰਾਗੀ ਸਿੰਘ, ਗੁਰੂ ਘਰ ਦੇ ਅੰਦਰ ਸਤਿਕਾਰਯੋਗ ਕਥਾਵਾਚਕ, ਸਾਰੀ ਸਮੂਹ ਕਮੇਟੀ ਦਾ, ਸਾਰੀ ਸੰਗਤ ਦਾ, ਇਹਨਾਂ ਬੱਚਿਆਂ ਦਾ, ਅਤੇ ਤੁਹਾਨੂੰ ਵਧਾਈ ਹੋਵੇ ਸੈਨੋ ਜੀ ਦੀ ਸਾਧ ਸੰਗਤ, ਤੁਹਾਡੇ 20-30 ਬੱਚਿਆਂ ਨੇ ਅੱਜ ਸਹਿਜ ਪਾਠ ਆਰੰਭ ਕੀਤਾ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ। ਉਹ ਬੱਚਿਆਂ ਨੇ ਸੱਚੀ ਗੱਲ ਹੈ, ਫਿਰ ਮਾਪਿਆਂ ਨਾਲ ਵੀ ਜੁੜੇ ਰਹਿਣਗੇ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਕਾਹੇ ਤੂਤ ਚਗਰਤ ਹੋ ਸੰਗ ਬਾਪ, ਜਿਨ ਕੇ ਜਨੇ ਬਡੀਰੇ ਤੂੰ ਹੋ ਤਿੰਨ ਸਿਉਂ ਚਗਰਤ ਪਾਪ। ਇਫ ਯੂ ਕਿਡਸ ਕਨੈਕਟ ਗੁਰੂ ਗ੍ਰੰਥ ਸਾਹਿਬ, ਦੇ ਵਿਲ ਰਿਮੇਨ ਕਨੈਕਟਡ ਟੂ ਯੂ। ਪਿਆਰੋ, ਇਤਨੀ ਸੇਵਾ ਪ੍ਰਵਾਨ ਕਰਨੀ ਭੁੱਲਣ ਚੁੱਕਾ ਦੀ ਖੇਮਾ, ਬਖਸ਼ੋ ਅਸੀਸ ਫਤਿਹ ਗਜਾਉ ਜੀ, ਵਾਹਿਗੁਰੂ ਜੀ ਕਾ ਖਾਲਸਾ।